ਜਦੋਂ ਮੈਂ ਹੋਮਵਰਕ ਕਰ ਰਹੀ ਸੀ ਇਸ ਚੀਜ਼ ਦਾ ਨਾ ਕਿ ਪ੍ਰੋਡਿਊਸਰ ਆ ਰਹੇ ਨੇ, ਪ੍ਰੋਡਿਊਸਰ ਦਾ ਆਪਾਂ ਸੈਕਸ਼ਨ ਦੀ ਗੱਲ ਕਰ ਰਹੇ ਸੀਗੇ, ਤਾਂ ਮੈਂ ਉਸ ਹੋਮਵਰਕ ਦੇ ਵਿੱਚ ਦੇਖਿਆ ਕਿ ਇੱਕ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ ਬਣੀ ਆ। ਬਹੁਤਾ ਮੈਨੂੰ ਉਹਦੇ ਬਾਰੇ ਮਿਲਿਆ ਨਹੀਂ, ਫੇਸਬੁੱਕ ਪੇਜ ਸੀਗਾ, ਉਸ ਫੇਸਬੁੱਕ ਪੇਜ 'ਤੇ ਕੁਛ ਪੋਸਟ, ਇੱਕ ਦੋ ਪੋਸਟ ਸੀਗੀ ਔਰ ਕੁਛ ਲੋਕਾਂ ਦੇ ਨਾਮ ਸੀਗੇ, ਬਟ ਜਿਹੜੀ ਐਸੋਸੀਏਸ਼ਨ ਬਣੀ ਆ ਪ੍ਰੋਡਿਊਸਰ ਐਸੋਸੀਏਸ਼ਨ, ਤੁਸੀਂ ਉਹਨਾਂ ਦਾ ਹਿੱਸਾ ਹੋ ਕਿਉਂਕਿ ਇੱਕ ਤਸਵੀਰ ਪਾਈ ਸੀ ਉਹਨਾਂ ਨੇ, ਮੈਂ ਇੱਥੇ ਦਿਖਾਵਾਂਗੀ ਤਸਵੀਰ ਦੇ ਵਿੱਚ। ਮੈਂ ਕੋਈ ਵੀ ਐਸਾ ਪ੍ਰੋਡਿਊਸਰ, ਫੇਮਸ ਪ੍ਰੋਡਿਊਸਰ ਦਾ ਚਿਹਰਾ ਨਹੀਂ ਦੇਖਿਆ ਜਿਹੜਾ ਅਸਟੈਬਲਿਸ਼ ਪ੍ਰੋਡਿਊਸਰ ਹੋਵੇ। ਹੋ ਸਕਦਾ ਕਿ ਸ਼ਾਇਦ ਉਹ ਪ੍ਰੋਡਿਊਸਰਸ ਬਿਜ਼ੀ ਹੋਣ ਤਾਂ ਉਸ ਮੀਟਿੰਗ ਦੇ ਵਿੱਚ ਨਾ ਪਹੁੰਚ ਪਾਉਣ, ਲੇਕਿਨ ਮੈਂ ਕਦੀ ਉਸ ਤੋਂ ਬਾਅਦ ਕਿਸੇ ਪ੍ਰੋਡਿਊਸਰ ਨੂੰ ਕਿਸੇ ਬੜੇ ਬੈਨਰ ਨੂੰ, ਜਿਵੇਂ ਰਿਦਮ ਬੋਇਜ਼ ਹੈ, ਹੰਬਲ ਹੋ ਗਿਆ, ਵਾਈਟ ਹਿਲ ਹੋ ਗਿਆ, ਵਿਲੇਜਰ ਨਵਾਂ ਨਵਾਂ ਆਇਆ ਹੈ, ਅੱਛਾ ਕੰਮ ਕਰ ਰਿਹਾ, ਉਹ ਕੋਈ ਵੀ ਉਸ ਐਸੋਸੀਏਸ਼ਨ ਦੇ ਨਾਲ ਨਾ ਤਾਂ ਉਹਨਾਂ ਨੇ ਕੋਈ ਪੋਸਟ ਸ਼ੇਅਰ ਕੀਤੀ, ਨਾ ਉਹਨਾਂ ਨੇ ਅਵੇਅਰਨੈਸ ਸ਼ੇਅਰ ਕੀਤੀ ਜੋ ਉਸ ਐਸੋਸੀਏਸ਼ਨ ਨੇ ਬਣਾਈ ਹੈ। ਸੋ ਹਲੇ ਮੇਰੀ ਮਤਲਬ ਤੁਸੀਂ ਪਹਿਲੇ ਪ੍ਰੋਡਿਊਸਰ ਸ਼ੋਅ ਦੇ ਵਿੱਚ ਆਏ ਹੋ, ਸੋ ਆਈ ਵਾਂਟ ਟੂ ਨੋ ਕਿ ਤੁਸੀਂ ਉਸ ਪ੍ਰੋਡਿਊਸਰ ਫਿਲਮ ਐਸੋਸੀਏਸ਼ਨ ਦਾ ਪਾਰਟ ਹੈਗੇ ਹੋ। ਸੈਕਿੰਡ, ਕਿ ਤੁਹਾਨੂੰ ਕੀ ਲੱਗਦਾ ਜਿਹੜੀ ਐਸੋਸੀਏਸ਼ਨ ਆ ਇਹਦਾ ਹੁਣ ਕੀ ਰੋਲ ਹੋਊਗਾ? ਅਸੀਂ ਉਹਦਾ ਪਾਰਟ ਨਹੀਂ ਹਾਂ, ਔਰ ਮੈਨੂੰ ਲੱਗਦਾ ਕਿਸੇ ਨੇ ਅਪਰੋਚ ਵੀ ਨਹੀਂ ਕੀਤਾ ਹੋਣਾ। ਔਰ ਦੂਸਰੀ ਗੱਲ, ਇੱਕ ਵੈਸੇ ਵੀ ਮੈਂ ਉਹ ਦੇਖੀ ਸੀ ਇੱਕ ਦਿਨ ਪੋਸਟ, ਮੈਨੂੰ ਪਤਾ ਲੱਗਿਆ ਕਿ ਹਾਂਜੀ ਉਹ ਬਣੀ ਆ। ਮੈਂ ਉਹਨਾਂ 'ਚੋਂ ਮੈਨੂੰ ਲੱਗਦਾ ਇੱਕ ਦੋ ਜਾਣਿਆਂ ਨੂੰ ਛੱਡ ਕੇ, ਮੈਂ ਕਿਸੇ ਨੂੰ ਜਾਣਦਾ ਵੀ ਨਹੀਂ। ਮਤਲਬ ਤੁਹਾਡਾ ਵੀ ਉਹੀ ਹਾਲ ਹੋਇਆ ਜੋ ਮੇਰਾ ਹੋਇਆ ਕਿ ਜਾਣਦੇ ਨਹੀਂ ਅਸੀਂ ਲੋਕ? ਨਹੀਂ, ਮੈਂ ਉਹਨਾਂ ਨੂੰ ਓਨੈਸਟਲੀ, ਮੈਂ ਉਹਨਾਂ 'ਚੋਂ ਇੱਕ ਦੋ ਜਾਣੇ ਆ ਜਿਨ੍ਹਾਂ ਨੂੰ ਜਾਣਦਾ, ਔਰ ਉਹ ਵੀ ਇਸ ਕਰਕੇ ਨਹੀਂ ਜਾਣਦਾ ਕਿ ਉਹ ਉਸ ਐਸੋਸੀਏਸ਼ਨ ਦਾ ਹਿੱਸਾ ਨੇ, ਉਹ ਮੈਨੂੰ ਵੈਸੇ ਹੀ ਉਹਨਾਂ ਨੂੰ ਜਾਣਦਾ, ਮੈਂ ਤਾਂ ਕਰਕੇ ਮੈਂ ਉਹਨਾਂ ਨੂੰ ਜਾਣਦਾ। ਅਦਰਵਾਈਜ਼ ਜਿਵੇਂ ਤੁਸੀਂ ਕਿਹਾ ਸੀ ਕੁਛ ਨਾਮ, ਕੁਛ ਫੋਟੋ ਦੇ ਵਿੱਚ ਕੁਛ ਚਿਹਰੇ ਇੱਦਾਂ ਦੇ ਸੀ ਜਿਹੜੇ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕਿਹੜੀਆਂ ਕਿਹੜੀਆਂ ਫਿਲਮਸ ਬਣਾਈਆਂ ਜਾਂ ਉਹ ਬੰਦੇ ਕੌਣ ਨੇ। ਔਰ ਮੈਨੂੰ ਲੱਗਦਾ ਵੀ ਨਵੇਂ ਹੈਗੇ ਨੇ ਪ੍ਰੋਡਿਊਸਰ, ਉਹ ਹੋਣਗੇ ਮੈਨੂੰ ਲੱਗਦਾ ਉਹਦੇ ਵਿੱਚ, ਕਿਉਂਕਿ ਪੁਰਾਣਾ ਤਾਂ ਮੈਂ ਫਿਰ ਇੱਕ ਫੋਟੋ ਚੈੱਕ ਕਰੂੰਗਾ। ਵੈਸੇ ਫੋਟੋ ਦੀ ਜਿਹੜੀ ਕੈਪਸ਼ਨ ਸੀ ਉਹਦੇ ਵਿੱਚ ਲਿਖਿਆ ਸੀ ਕਿ ਅਸੀਂ ਜਿਹੜੀ ਪ੍ਰੋਡਿਊਸਰਸ ਵੱਲੋਂ ਪ੍ਰੋਬਲਮਸ ਕ੍ਰੀਏਟ ਕੀਤੀਆਂ ਜਾ ਰਹੀਆਂ, ਹੈਸਲਸ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਐਕਟਰਸ ਨੂੰ ਲੈ ਕੇ ਜਾਂ ਕਰੂ ਨੂੰ ਲੈ ਕੇ, ਉਹ ਨਹੀਂ ਹੋਣਗੀਆਂ। ਅਤੇ ਮੈਨੂੰ ਇਹ ਲੱਗਾ, ਬਹੁਤ ਵਧੀਆ ਲੱਗਾ ਮੈਨੂੰ ਵੀ, ਕਿ ਐਸੋਸੀਏਸ਼ਨ ਹੋਣੀ ਚਾਹੀਦੀ ਆ ਕਿ ਜਿਹੜੇ ਨਵੇਂ ਪ੍ਰੋਡਿਊਸਰਸ ਲੋਕਾਂ ਕੋਲੋਂ ਪੈਸੇ ਖਾ ਜਾਂਦੇ ਆ, ਕਾਊਚਿੰਗਸ ਹੋ ਰਹੀਆਂ ਨੇ, 90% ਫਿਲਮ ਜਿਹੜੀਆਂ ਫਲੋਪ ਹੋ ਰਹੀਆਂ ਨੇ, ਉਹ ਹੋਣਾ ਚਾਹੀਦਾ। ਪਰ ਮੈਨੂੰ ਐਜ਼ ਅ ਫਾਰਮਲ ਜਰਨਲਿਸਟ, ਜਾਂ ਮੈਨੂੰ ਕਹਿ ਸਕਦੇ ਕਿ ਓਬਵੀਅਸਲੀ ਮੈਂ ਪਾਰਟ ਆਫ ਇਟ, ਮੇਰੇ ਹਿਸਾਬ ਨਾਲ ਇੱਦਾਂ ਹੋਣਾ ਚਾਹੀਦਾ ਸੀਗਾ ਕਿ ਬੜੇ ਬੈਨਰਸ ਦੇ ਨਾਲ ਉਹ ਐਸੋਸੀਏਸ਼ਨ ਸਟਾਰਟ ਹੋਣੀ ਚਾਹੀਦੀ ਸੀ, ਕਿਉਂਕਿ ਜੇ ਤੁਸੀਂ ਕਿਸੇ ਨੂੰ ਕੁਝ ਸਿਖਾਉਣਾ ਹੁੰਦਾ ਤਾਂ ਸਾਡੇ ਕੋਲ ਟੀਚਰ ਹੋਣਾ ਚਾਹੀਦਾ, ਨਾ ਕਿ ਇੰਟਰਨ। ਹੁਣ ਜਿਹੜੇ ਆਪ ਨਵੇਂ ਆਏ ਆ, ਉਹਨਾਂ ਦਾ ਤਜ਼ਰਬਾ, ਖੁਆਬ ਦੇ ਤਜ਼ਰਬੇ 'ਚ ਬੜਾ ਡਿਫਰੈਂਸ ਹੁੰਦਾ। ਖੁਆਬ ਅਸੀਂ ਬੜੇ ਵੱਡੇ ਵੇਖਦੇ ਹਾਂ, ਪਰ ਤਜ਼ਰਬੇ ਨਾਲ ਹੋਣ ਨਾ ਨਾਲ, ਤਾਂ ਫਿਰ ਉਹ ਬੜਾ ਵਧੀਆ ਤਰੀਕੇ ਨਾਲ ਅਸੀਂ ਅੱਗੇ ਸਿਖਾ ਸਕਦੇ ਹਾਂ। ਮੈਨੂੰ ਪਤਾ ਨਹੀਂ, ਮੈਂ ਸੋਰੀ ਬਾਈ ਨੇਮ 'ਤੇ ਨਹੀਂ ਜਾਣਦਾ ਉਹਨਾਂ ਨੂੰ, ਕਿ ਮੈਂ ਸੁਣਿਆ ਵੀ ਨਹੀਂ ਆ। ਸ਼ਾਇਦ ਮੇ ਵੀ ਹੋ ਸਕਦਾ ਉਹਨਾਂ ਨੇ ਕੋਈ ਇੱਕ ਅੱਧੀ ਫਿਲਮ ਕੀਤੀ ਹੋਵੇ। ਓਕੇ, ਹਾਂ, ਇੱਦਾਂ ਤਾਂ ਹੋ ਨਹੀਂ ਸਕਦਾ ਕਿ ਉਹਨਾਂ ਕੋਈ ਇੱਕ ਵੀ ਫਿਲਮ ਨਾ ਕੀਤੀ ਹੋਵੇ ਔਰ ਉਹ ਕੁਛ ਅਹੁਦੇਦਾਰ ਹੋਣ ਉਸ ਐਸੋਸੀਏਸ਼ਨ ਦੇ। ਬਟ ਵਧੀਆ ਗੱਲ ਹੈ, ਉਹਨਾਂ ਨੇ ਐਫਰਟ ਕੀਤੀ ਆ ਅਤੇ ਅੱਛੀ ਗੱਲ ਆ। ਪਰ ਸਪੋਜ਼ ਜਿਵੇਂ ਤੁਸੀਂ ਗੱਲ ਕੀਤੀ ਕਿ ਜਿਵੇਂ ਤੁਹਾਡਾ ਮਤਲਬ ਹੈਗਾ ਇਹ ਫੀਲਡ ਆ, ਉਸ ਫੀਲਡ ਦੀ ਕੋਈ ਐਸੋਸੀਏਸ਼ਨ ਬਣਦੀ ਹੈ ਅਤੇ ਕੋਈ ਤੁਹਾਡਾ ਸੀਨੀਅਰ ਜਿਹੜਾ ਜਰਨਲਿਸਟ ਨੇ ਹੈ ਨਾ, ਜਿਹੜੇ ਉਹ ਉੱਥੇ ਬੈਠੇ ਹੋਣਗੇ ਅਤੇ ਲੋਕਾਂ ਦੇ ਉੱਤੇ ਉਹ ਅਸਰ ਵੀ ਹੋਊਗਾ ਉਹਦਾ, ਰਾਈਟ? ਸੋ ਇਸ ਗੱਲ 'ਤੇ ਉਹਨਾਂ ਦੀ ਐਫਰਟ ਵਧੀਆ ਵਾ, ਨੋ ਡਾਊਟ, ਬਹੁਤ ਵਧੀਆ ਗੱਲ ਹੈ, ਸਾਰਿਆਂ ਨੂੰ ਇਕੱਠਿਆ ਹੋਣਾ ਚਾਹੀਦਾ। ਪਰ ਉਹ ਜਿਵੇਂ ਤੁਸੀਂ ਅੱਗੇ ਆਪਾਂ ਇੰਟਰਵਿਊ ਤੋਂ ਪਹਿਲਾਂ ਗੱਲ ਕਰਦੇ ਸੀ, ਉਹ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਅਸੀਂ ਹੁਣ ਲੋਕਾਂ ਨੂੰ ਸਿਖਾਵਾਂਗੇ। ਹਾਂ, ਕੁਝ ਲਿਖਿਆ ਕਿ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ, ਅਵੇਅਰ ਕਰਾਂਗੇ ਜਾਂ ਫਿਰ ਬਚਾਅ ਇੰਡਸਟਰੀ ਨੂੰ ਬਚਾਵਾਂਗੇ, ਬਚਾਵਾਂਗੇ। ਹਲੇ ਬਚਾਉਣ ਦਾ ਟਾਈਮ ਤਾਂ ਹੈ ਨਹੀਂ, ਪਹਿਲਾਂ ਆਪਾਂ ਪਹਿਲਾਂ ਤੇ ਆਪਣੇ ਆਪ ਕੁਝ ਕਿਤੇ ਸਟੈਂਡ ਕਰੀਏ। ਹਾਂ, ਸਟੈਂਡ ਕਰਨ ਦਾ ਕੰਮ, ਚਲੋ ਮੈਨੂੰ ਨਹੀਂ, ਮੈਂ ਕਿਉਂਕਿ ਮੈਂ ਜਿੰਨਾ ਜਿੰਨੀ ਦੇਰ ਤੱਕ ਉਹਨਾਂ ਨੂੰ ਜਾਣਦਾ ਨਹੀਂ, ਮੈਂ ਕੋਈ ਇਦਾਂ ਦੀ ਸਟੇਟਮੈਂਟ ਨਹੀਂ ਦਊਂਗਾ। ਪਰ ਹਾਂ, ਇਹ ਗੱਲ ਤਾਂ ਹੈਗੀ ਆ ਕਿ ਜਿਹੜੇ ਲੋਕ ਸਾਡੇ ਪ੍ਰੋਫੈਸ਼ਨ ਨੂੰ ਜਾਂ ਸਾਡਾ ਫੇਸ ਬਣ ਕੇ ਲੋਕਾਂ ਸਾਹਮਣੇ ਆਏ ਨੇ, ਉਹ ਪਤਾ ਤਾਂ ਹੋਣਾ ਚਾਹੀਦਾ ਕੌਣ ਆ, ਉਹਨਾਂ ਦੀ ਬੈਕਗਰਾਊਂਡ ਕੀ ਆ, ਉਹ ਕਿੱਥੋਂ ਆਏ ਨੇ, ਉਹ ਇੱਦਾਂ ਦੇ ਆ ਕਿ ਜਿਹੜੇ ਫਿਲਮ ਮੇਕਿੰਗ ਵਿੱਚੋਂ ਆਏ ਆ, ਕਿ ਉਹ ਇੱਦਾਂ ਦੇ ਵੀ ਜਿਨ੍ਹਾਂ ਦੇ ਕੁਛ ਆਪਣਾ ਵੱਖਰਾ ਕੰਮ ਚੱਲਦਾ ਤਾਂ ਉਹ ਕਹਿੰਦੇ ਵੀ ਚਲੋ ਯਾਰ ਇੱਕ ਪੈਸੇ ਇੱਧਰ ਪਾ ਕੇ ਦੇ ਵੀ ਫਿਲਮ ਬਣਾ ਲਓ, ਦੂਜੇ ਨੇ ਕਿਹਾ ਯਾਰ ਮੇਰਾ ਕੰਮ ਉਹੀ ਤਾਂ ਚੱਲ ਇੱਕ ਪੈਸੇ ਪਾ ਕੇ ਇੱਕ ਆਹ ਫਿਲਮ ਬਣਾ ਲਓ, ਰਾਈਟ? ਉਹ ਪ੍ਰੋਪਰ ਮੇਕਰਸ ਨੇ, ਜੇ ਨਹੀਂ ਮੇਕਰਸ ਤਾਂ ਆ ਜਾਣਗੇ, ਇੱਦਾਂ ਦਾ ਕੋਈ ਚੱਕਰ ਨਹੀਂ, ਅਸੀਂ ਵੀ ਇੱਕ ਫਿਲਮ ਤੋਂ ਸਟਾਰਟ ਕੀਤਾ, ਦੂਜੀ ਤੋਂ ਫਿਰ ਤੀਜੀ ਤੋਂ ਹੋ ਜਾਊਗਾ, ਆ ਜਾਣਗੇ ਉਹ। ਪਰ ਜੇ ਤੁਸੀਂ ਆਹ ਗੱਲ ਕਰਦੇ ਵੀ ਉਹ ਕਹਿੰਦੇ ਅਸੀਂ ਸਿਖਾਵਾਂਗੇ ਵੀ ਹਾਲੇ, ਤਾਂ ਫਿਰ ਮੈਨੂੰ ਥੋੜ੍ਹੀ ਜਿਹੀ ਮੈਨੂੰ ਲੱਗਾ ਕਿ ਮੈਂ ਜਾ ਕੇ ਪ੍ਰੋਫਾਈਲ ਜ਼ਰੂਰ ਚੈੱਕ ਕਰੂੰਗਾ। ਕਾਫੀ ਸਾਰੀ ਫਿਲਮਾਂ ਦੇ ਵਿੱਚ ਅੱਜ ਜਿੱਦਾਂ ਰਿਲੀਜ਼ ਹੋਈ, ਵਿਦ ਇਨ 2-3 ਆਵਰਸ ਉਹ ਲੋਕ ਇੱਕ ਪੋਸਟਰ ਸ਼ੇਅਰ ਹੁੰਦਾ ਜਿਹਦੇ ਵਿੱਚ ਅਨਅਥੋਰਿਟੀ। ਮੈਂ ਇਸ ਲਈ ਪਰਟੀਕੁਲਰ ਇਹ ਗੱਲ ਕਰ ਰਹੀ ਕਿਉਂਕਿ ਮੈਂ ਜਿਹਨਾਂ ਸੀਨੀਅਰਸ ਦੇ ਨਾਲ, ਮੈਂ ਅਥੋਰਿਟੀ ਵੱਡੇ ਇੰਟਰਨੈਸ਼ਨਲ ਬ੍ਰਾਂਡਸ ਨਾਲ ਜਦੋਂ ਅਸੀਂ ਕੰਮ ਕੀਤਾ, ਤਾਂ ਸਾਨੂੰ ਕਦੀ ਵੀ ਇਹ 'ਚ ਸਿਖਾਈ ਨਹੀਂ ਗਈ। ਫੋਰ ਐਨ ਐਗਜ਼ਾਮਪਲ, ਉਹ ਲੋਕ ਫਿਲਮ ਦੇਖ ਕੇ ਗੱਲ ਕਰਦੇ ਜਿਹਨਾਂ ਨੂੰ
ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਪਤਾ ਵੀ ਨਹੀਂ ਹੁੰਦਾ ਕਿ ਸਟੋਰੀ ਬੋਰਡ ਅਤੇ ਸਕਰੀਨ ਪਲੇ ਹੁੰਦਾ ਕੀ ਹੈ ਅਤੇ ਪਤਾ ਕੀ ਕਹਿੰਦੇ ਆ ਸਕਰੀਨ ਪਲੇ ਬੜਾ ਵੀਕ ਸੀ ਕਿਉਂਕਿ ਮੈਨੂੰ ਤਾਂ ਬਹੁਤ ਸਾਰੇ ਐਜ਼ ਅ ਰਿਵਿਊਰ ਫੋਨ ਆਉਂਦੇ ਆ ਕਿ ਤੇਰੇ ਰਿਵਿਊ ਦਾ ਸਾਨੂੰ ਫਰਕ ਨਹੀਂ ਪੈਂਦਾ ਹੋ ਸਕਦਾ ਕਿ ਮੇਰੇ ਫਿਲਮ ਦੇ ਨਾਲ ਨਾ ਤਾਂ ਹਿੱਟ ਹੋਵੇ ਨਾ ਫਲੋਪ ਹੋਵੇ ਪਰ ਜਦੋਂ ਕਦੀ ਕਦੀ ਕਿਸੇ ਬਾਰੇ ਅੱਛਾ ਕਹਿ ਦਈਏ ਤਾਂ ਫਿਰ ਉਹ ਆਪਾਂ ਚੰਗੇ ਲੱਗਦੇ ਹਾਂ ਪਰ ਜੇ ਮਾੜਾ ਕਹਿ ਦਈਏ ਤਾਂ ਆਪਾਂ ਬਹੁਤ ਮਾੜੇ ਲੱਗਦੇ ਹਾਂ ਸੋ ਹਾਊ ਯੂ ਟ੍ਰੀਟ ਐਜ਼ ਅ ਪ੍ਰੋਡਿਊਸਰ ਕਿ ਫਿਲਮ ਕ੍ਰਿਟਿਕਸ ਜਾਂ ਜਿਹੜੇ ਮੀਡੀਆ ਆ ਨਿਊਜ਼ ਪੇਪਰ ਆ ਅਥੋਰਿਟੀ ਔਰ ਅਨ ਅਥੋਰਿਟੀ ਜਿਹੜੇ ਚੈਨਲਸ ਨੇ ਉਹਨਾਂ ਦਾ ਕਿਵੇਂ ਕਨੈਕਸ਼ਨ ਆ ਬਿਕੋਜ਼ ਦੇ ਆਲ ਆਰ ਅ ਪਾਰਟ ਆਫ ਦਿਸ ਪੰਜਾਬੀ ਪੰਜਾਬ ਐਂਡ ਪੰਜਾਬੀਅਤ ਮੈਨੂੰ ਲੱਗਦਾ ਪ੍ਰਿਤਪਾਲ ਕੁਛ ਤਾਂ ਨੋ ਡਾਊਟ ਕੁਛ ਜੈਨੂਅਨ ਵੀ ਹੋਣਗੇ ਅਗੇਨ ਮੈਂ ਸਾਰਿਆਂ ਬਾਰੇ ਤਾਂ ਨਹੀਂ ਗੱਲ ਕਰਦਾ ਬਟ ਬਹੁਤਿਆਂ ਵਿੱਚ ਤਾਂ ਇੱਦਾਂ ਕਿ ਇੱਕ ਮਨੋਪਲੀ ਆ ਹਰ ਇੱਕ ਨੇ ਇੱਕ ਆਪਣਾ ਕੰਪਨੀਜ਼ ਨੇ ਆਪਣਾ ਆਪਣਾ ਇੱਕ ਪੋਰਟਲ ਤਿਆਰ ਕੀਤਾ ਪਰ ਜੇ ਉਹਨਾਂ ਨਾਲ ਕੋਈ ਫਰਕ ਪੈਂਦਾ ਹੁੰਦਾ ਤਾਂ ਜਿਹੜੀਆਂ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਦੀਆਂ ਜਾਂ ਉਹਨਾਂ ਨਾਲ ਸੰਬੰਧਿਤ ਪ੍ਰੋਡਕਸ਼ਨ ਹਾਊਸਿਸ ਦੀਆਂ ਜਿਹੜੀਆਂ ਫਿਲਮਾਂ ਨੇ ਫਿਰ ਉਹ ਸਾਰੀਆਂ ਸੁਪਰ ਹਿੱਟ ਹੁੰਦੀਆਂ ਰਾਈਟ ਫਿਰ ਉਹਨਾਂ ਦੇ ਹਿਸਾਬ ਨਾਲ ਫਿਰ ਸਾਡੀਆਂ ਫਿਲਮਾਂ ਸਾਰੀਆਂ ਫਲੋਪ ਹੁੰਦੀਆਂ ਜੇ ਉਹਨਾਂ ਦੇ ਕਿਹਾ ਕੁਛ ਫਰਕ ਪੈਂਦਾ ਰਿਵਿਊ ਅਸੀਂ ਦੇਖਦੇ ਨਹੀਂ ਜ਼ਿਆਦਾ ਦੇਖਣ ਦਾ ਮਤਲਬ ਸਿਰਫ ਇੰਨਾ ਹੁੰਦਾ ਕਿ ਬੰਦਾ ਆਲਵੇਜ਼ ਸਿੱਖਦਾ ਰਹਿੰਦਾ ਰਾਈਟ ਔਰ ਜਦੋਂ ਕਿ ਇੱਕ ਜੈਨੂਅਨ ਰਿਵਿਊ ਤੁਹਾਨੂੰ ਮਿਲਦਾ ਨਾ ਤੁਹਾਨੂੰ ਫੀਡਬੈਕ ਮਿਲਦੀ ਆ ਔਰ ਹਰ ਫਿਲਮ 'ਚ ਗਲਤੀਆਂ ਹੁੰਦੀਆਂ ਹਰ ਫਿਲਮ 'ਚ ਗਲਤੀਆਂ ਹੁੰਦੀਆਂ ਕਦੀ ਵੀ ਨਹੀਂ ਔਰ ਮੈਨੂੰ ਕਿਸੇ ਦਿਨ ਇੱਕ ਦਿਨ ਕਹਿੰਦੇ ਪੁੱਛਿਆ ਕਿ ਤੁਹਾਨੂੰ ਇੱਦਾਂ ਲੱਗਦਾ ਜਦੋਂ ਕੋਈ ਕਹਿ ਦਿੰਦਾ ਇੱਦਾਂ ਕੋਈ ਗੱਲ ਚੱਲਦੀ ਸੀ ਕਿ ਤੁਹਾਨੂੰ ਕਹਿ ਦੇ ਤੁਹਾਨੂੰ ਮੂੰਹ 'ਤੇ ਕਹਿ ਦੇ ਕਿ ਤੁਹਾਡੀ ਫਿਲਮ 'ਚ ਗਲਤੀ ਸੀ ਹਾਲੀ ਫਿਲਮ ਹਿੱਟ ਹੋਈ ਹੁੰਦੀ ਹੈ ਵੀ ਆਹ ਫਿਲਮ ਵਧੀਆ ਨਹੀਂ ਮੈਂ ਕਿਹਾ ਯਾਰ ਇਹ ਤਾਂ ਹੋਰ ਵਧੀਆ ਗੱਲ ਹੈ ਨਾ ਸਾਡੇ ਕੋਲ ਇੱਕ ਸਕੋਪ ਉਹਨਾਂ ਹੋਰ ਦੇ ਦਿੱਤਾ ਹੈ ਨਾ ਵੀ ਜੇ ਸਾਡੀ ਫਿਲਮ ਹਿੱਟ ਆ ਉਹਦੇ ਵਿੱਚ ਗਲਤੀਆਂ ਵਾ ਅਤੇ ਜੇ ਅਸੀਂ ਗਲਤੀਆਂ ਥੋੜ੍ਹੀਆਂ ਹੋਰ ਸੁਧਾਰ ਲਈਆਂ ਤਾਂ ਅਸੀਂ ਕੀ ਕਰਾਂਗੇ ਫਿਰ ਉਸ ਤੋਂ ਬਾਅਦ ਰਾਈਟ ਫਿਰ ਤਾਂ ਸਾਡੇ ਕੋਲ ਹੋਰ ਆਪਸ਼ਨ ਜ਼ਿਆਦਾ ਬਚ ਗਈ ਆ ਅਤੇ ਇਸ ਕਰਕੇ ਉਹ ਉਹਨਾਂ ਨਾਲ ਕੋਈ ਬਹੁਤ ਜ਼ਿਆਦਾ ਫਰਕ ਪੈਂਦਾ ਨਹੀਂ ਆ ਇਹਨਾਂ ਚੀਜ਼ਾਂ ਨਾਲ ਕਿ ਬਟ ਅਗੇਨ ਮੈਂ ਕਹਿ ਰਿਹਾ ਕਿ ਜੇ ਕੋਈ ਜੈਨੂਅਨ ਕੋਈ ਫੀਡਬੈਕ ਦਿੰਦਾ ਉਹਨੂੰ ਪੋਜ਼ੀਟਿਵਲੀ ਲੈਣਾ ਚਾਹੀਦਾ ਬਾਈਜ਼ ਹੋ ਗਏ ਨੇ ਅੱਛਾ ਹੈਰਾਨੀ ਵਾਲੀ ਗੱਲ ਇਹ ਹੈ ਮੈਂ ਤੁਸੀਂ ਗੱਲ ਸਟਾਰਟ ਕਰ ਲਈ ਆ ਕੋਈ ਇੱਕ ਸੀਗਾ ਪੋਰਟਲ ਉਹਨੇ ਬਹੁਤ ਜ਼ਿਆਦਾ ਨਾ ਸਾਡੀ ਲਾਸਟ ਫਿਲਮ ਸੀਗੀ ਚੱਲ ਮੇਰਾ ਪੁੱਤ ਉਹਦੇ ਖਿਲਾਫ ਬਹੁਤ ਕੁਛ ਬੋਲਿਆ ਕਿ ਇਹ ਹੈ ਉਹ ਹੈ ਐਸਾ ਹੈ ਉਹ ਹੈ ਪਾਕਿਸਤਾਨ ਬਾਰੇ ਬਹੁਤ ਗੱਲਾਂ ਕੀਤੀਆਂ ਅੱਛਾ ਥੋੜ੍ਹੇ ਦਿਨ ਬਾਅਦ ਹੀ ਨਾ ਉਹਦੇ ਜਿਹੜੇ ਮਾਲਕ ਨੇ ਜਿਹੜੇ ਉਹਦੇ ਉਹ ਇੱਕ ਪਾਕਿਸਤਾਨੀ ਫਿਲਮ ਇੱਥੇ ਰਿਲੀਜ਼ ਕਰ ਰਹੇ ਮੈਂ ਨਾ ਨਿਊਜ਼ ਪੜ੍ਹ ਕੇ ਮੈਨੂੰ ਪਤਾ ਲੱਗਾ ਵੀ ਯਾਰ ਫਿਲਮ ਉਹ ਕਹਿੰਦੇ ਪਾਕਿਸਤਾਨੀ ਫਿਲਮ ਹੋਰ ਰਿਲੀਜ਼ ਕਰ ਰਹੇ ਨੇ ਕੋਈ ਮੈਂ ਬੜਾ ਹੱਸਿਆ ਮੈਂ ਕਿਹਾ ਯਾਰ ਠੀਕ ਹੈ ਇਹ ਵੀ ਠੀਕ ਹੈ ਸਾਡੇ ਵਾਰੀ ਉੱਧਰ ਨੂੰ ਉਹ ਮਿਜ਼ਾਈਲਾਂ ਕੱਢ ਲਓ ਅਤੇ ਆਪਣੇ ਵਾਰੀ ਤੁਸੀਂ ਭਰਾ ਜੇ ਹੈ ਨਾ ਅਤੇ ਉਹ ਉਹਨਾਂ ਵਿਚਾਰਿਆਂ ਦਾ ਕੋਈ ਫਰਕ ਨਹੀਂ ਪੈਂਦਾ ਮੈਨੂੰ ਲੱਗਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੁਝ ਵੀ ਕਹਿ ਲੈਣ ਹੈ ਨਾ ਲੋਕਾਂ ਨੂੰ ਚੰਗੀ ਲੱਗ ਗਈ ਚੀਜ਼ ਤਾਂ ਚੰਗੀ ਲੱਗ ਗਈ ਆ ਕਿਸੇ ਦੇ ਕਹਿਣ ਉੱਤੇ ਕੁਝ ਫਰਕ ਨਹੀਂ ਪੈਂਦਾ ਪਰ ਆਈ ਵਿਲ ਡੂ ਮੋਰ ਰਿਵਿਊਜ਼ ਜੇ ਮੈਨੂੰ ਠੀਕ ਲੱਗੂਗਾ ਮਾੜਾ ਬਟ ਆਈ ਵਿਲ ਡੂ ਨਹੀਂ ਅਗੇਨ ਮੈਂ ਇਹ ਕਹਿੰਦਾ ਕਿ ਜੈਨੂਅਨ ਕੋਈ ਫੀਡਬੈਕ ਆਊਗਾ ਨਾ ਤਾਂ ਗਲਤੀ ਹੋਊਗੀ ਔਰ ਹਰ ਫਿਲਮ 'ਚ ਅਗੇਨ ਮੈਂ ਫਿਰ ਉਹ ਗੱਲ ਕਰ ਰਿਹਾ ਹਰ ਫਿਲਮ 'ਚ ਗਲਤੀਆਂ ਹੁੰਦੀਆਂ ਹਰ ਫਿਲਮ 'ਚ ਗਲਤੀਆਂ ਹੁੰਦੀਆਂ ਜਦੋਂ ਤੁਹਾਨੂੰ ਇਹ ਸਮਝ ਲੱਗ ਗਈ ਨਾ ਵੀ ਨਹੀਂ ਯਾਰ ਆਪ ਪਰਫੈਕਟ ਬਣਾਤੀ ਇਟ ਮੀਨਸ ਆਪਾਂ ਖਤਮ ਹੋ ਗਏ ਉਸ ਤੋਂ ਬਾਅਦ ਅਸੀਂ ਇਸ ਸਾਡਾ ਲੈਵਲ ਇਹੋ ਹੀ ਆ ਅਸੀਂ ਇਸ ਤੋਂ ਉੱਪਰ ਨਹੀਂ ਜਾ ਸਕਦੇ ਹੁਣ ਇਹ ਪਰਫੈਕਟ ਚੀਜ਼ ਹੋ ਗਈ ਆ ਜਦੋਂ ਤੁਹਾਨੂੰ ਫਿਲਮ ਦੇਖਦੇ ਹਾਂ ਲੋਕ ਹੱਸ ਰਹੇ ਹੋਣ ਪਰ ਤੁਹਾਨੂੰ ਲੱਗਦਾ ਹੋਵੇ ਨਾ ਵੀ ਯਾਰ ਆ ਰਹਿ ਗਈ ਚੀਜ਼ ਯਾਰ ਆ ਹੋ ਸਕਦੀ ਇਟ ਮੀਨਸ ਤੁਹਾਡੇ ਗਰੋ ਕਰਨ ਦੇ ਚਾਂਸਿਸ ਹਾਲੇ ਹੈਗੇ ਆ ਤੁਸੀਂ ਹਾਲੇ ਅੱਗੇ ਵੱਧ ਸਕਦੇ ਜੇ ਜਿੱਦਣ ਤੁਸੀਂ ਪਰਫੈਕਟ ਚੀਜ਼ ਬਣਾ ਦਿੱਤੀ ਇੱਕ ਹੈ ਨਾ ਉਸ ਦਿਨ ਤੁਸੀਂ ਗਰੋ ਕਰਨਾ ਬੰਦ ਕਰ ਦੋਗੇ ਹਾਲੇ ਅਵੇਅਰਨੈਸ ਇਸ਼ੂਜ਼ ਨਹੀਂ ਇੱਥੇ ਆਏ ਵਾਟ ਯੂ ਥਿੰਕ ਕਿ ਜਿਵੇਂ ਬਾਕੀ ਹਰ ਚੀਜ਼ ਦੇ ਵਿੱਚ ਅਸੀਂ ਬਹੁਤ ਜਲਦੀ ਗਰੋ ਕਰ ਰਹੇ ਹਾਂ ਆਪਾਂ ਅਵੇਅਰਨੈਸ ਇਸ਼ੂਜ਼ 'ਤੇ ਕਦੋਂ ਗਰੋ ਕਰਾਂਗੇ ਕਿਉਂਕਿ ਹੁਣ ਜਿੱਥੇ ਪਿੱਛੇ ਦੋ ਫਿਲਮਾਂ ਦੀ ਅਗਰ ਮੈਂ ਐਗਜ਼ਾਮਪਲ ਦਿੰਦੀ ਹਾਂ ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ ਜੋ ਕਿ ਹਿੰਦੀ ਸਿਨੇਮਾ 'ਚ ਬਣੀਆਂ ਪਰ ਪੰਜਾਬ ਦਾ ਬੈਕਗਰਾਊਂਡ ਔਰ ਰਿਐਲਿਟੀ ਦਿਖਾਈ ਫਿਰ ਦੂਸਰੀ ਤਰਫ ਸ਼ਫਾ ਖਾਨਾ ਸੀਗੀ ਵਿਚ ਇਜ਼ ਔਨ ਦਾ ਸੈਕਸ ਐਜੂਕੇਸ਼ਨ ਜਿਹੜੀ ਅੱਜ ਦੀ ਜਨਰੇਸ਼ਨ 'ਚ ਨਹੀਂ ਹੈ ਉਹ ਵੀ ਹਿੰਦੀ ਸਿਨੇਮਾ ਨੇ ਬੜੇ ਪ੍ਰੋਡਿਊਸਰਸ ਬੜੇ ਲੋਕ ਬੜੀ ਫੇਸਿਸ ਨੇ ਬਣਾਈ ਲੇਕਿਨ ਪੰਜਾਬ 'ਚ ਬਣਾਈ ਬਟ ਵੈਨ ਇਟ ਕਮ ਟੂ ਪੰਜਾਬ ਹਲੇ ਤੁਹਾਨੂੰ ਕੀ ਲੱਗਦਾ ਐਜ਼ ਅ ਪ੍ਰੋਡਿਊਸਰ ਕਿੰਨਾ ਕੁ ਸਮਾਂ ਹੈਗਾ ਜਾਂ ਫਿਰ ਅਸੀਂ ਬਣਾਵਾਂਗੇ ਜਾਂ ਫਿਰ ਅਸੀਂ ਕਦੀ ਇਹ ਸਭ ਚੀਜ਼ਾਂ ਆਪਾਂ ਹਿੰਦੀ ਸਿਨੇਮਾ 'ਤੇ ਛੱਡਤੀਆਂ ਨੇ ਅਸੀਂ ਸਿਰਫ ਉਹੀ ਚੀਜ਼ ਦਿਖਾਵਾਂਗੇ ਵਾਟ ਯੂ ਥਿੰਕ ਅਵੇਅਰਨੈਸ ਔਰ ਇਹ ਸਭ ਚੀਜ਼ਾਂ ਵੀ ਸਾਡੀਆਂ ਆਉਣਗੀਆਂ ਨਹੀਂ ਐਕਚੁਲੀ ਪ੍ਰਿਤਪਾਲ ਪੰਜਾਬੀ ਸਿਨੇਮਾ ਲਈ ਗਰੋ ਕਰ ਰਿਹਾ ਨਹੀਂ ਔਰ ਨਾ ਹਰ ਇੰਡਸਟਰੀ 'ਚ ਚਾਹੇ ਉਹ ਮਿਊਜ਼ਿਕ ਆ ਚਾਹੇ ਉਹ ਸਿਨੇਮਾ ਵਾ ਉਹਦਾ ਇੱਕ ਨਾ ਇੱਕ ਪਾਰਟ ਇੱਕ ਆਉਂਦਾ ਇੱਕ ਵੱਖਰੀ ਤਰ੍ਹਾਂ ਦਾ ਰਾਈਟ ਫੋਰ ਐਗਜ਼ਾਮਪਲ ਆਪਾਂ ਮਿਊਜ਼ਿਕ ਇੰਡਸਟਰੀ ਲੈ ਲਈਏ ਕੋਈ ਪਾਰਟ ਆਉਂਦਾ
ਦੋ ਗਾਣੇ ਹੀ ਚੱਲਦੇ ਹੁੰਦੇ ਉਹ ਸਾਰੇ ਲੋਕਾਂ ਨੂੰ ਦੋ ਗਾਣੇ ਚੰਗੇ ਲੱਗਣੇ ਕੁਛ ਇੱਕ ਟਾਈਮ ਆਇਆ ਸੈਡ ਸੌਂਗ ਚੱਲਣੇ ਸ਼ੁਰੂ ਹੋ ਗਏ ਸਾਰੇ ਸੈਡ ਸੌਂਗ ਸ਼ੁਰੂ ਚੱਲਦੇ ਫਿਰ ਆ ਗਏ ਫਿਰ ਦੋ ਗਾਣੇ ਕਿਤੇ ਆ ਗਏ ਯੂਕੇ ਦਾ ਮਿਊਜ਼ਿਕ ਇੱਕ ਵਾਰੀ ਆ ਗਿਆ ਬਹੁਤ ਜ਼ਿਆਦਾ ਹੋ ਗਿਆ ਰਾਈਟ ਅੱਜ ਕੱਲ੍ਹ ਜਿਵੇਂ ਅੱਜ ਕੱਲ੍ਹ ਗੋਲੀਆਂ ਬੰਦੂਕਾਂ ਤੋਪਾਂ ਹੁਣ ਤਾਂ ਮਤਲਬ ਮਿਜ਼ਾਈਲਾਂ ਮਜ਼ੂਲਾਂ ਤਾਂ ਗੱਲ ਪਹੁੰਚ ਗਈ ਹੁਣ ਤਾਂ ਗੱਲ ਗਾਹ ਵੱਧ ਗਈ ਹੁਣ ਰਫਲਾਂ ਪਿਸਤੌਲਾਂ ਵਾਲੀ ਤਾਂ ਗੱਲ ਨਿਕਲ ਗਈ ਹੁਣ ਅੱਗੇ ਚੱਲ ਗਈ ਆ ਹੁਣ ਜਿਵੇਂ ਹੁਣ ਅੱਜ ਕੱਲ੍ਹ ਇਹ ਇਹ ਚੱਲ ਰਿਹਾ ਰਾਈਟ ਇਹਦਾ ਪੰਜਾਬੀ ਸਿਨੇਮੇ ਦੇ ਵਿੱਚ ਵੀ ਇੱਕ ਇੱਕ ਇਹ ਟਾਈਮ ਹੈਗਾ ਇੱਦਾਂ ਨਹੀਂ ਹੈ ਕਿ ਸ਼ੁਰੂ ਤੋਂ ਹੀ ਕੌਮੀਡੀ ਫਿਲਮਾਂ ਚੱਲਦੀਆਂ ਸੀ ਰਾਈਟ ਹੈ ਨਾ ਫਿਲਮਾਂ ਚੱਲਦੀਆਂ ਸੀ ਹੁਣ ਇੱਕ ਪਾਰਟ ਚੱਲ ਰਿਹਾ ਇਹ ਪਾਰਟ ਤੋਂ ਬਾਅਦ ਦੂਜਾ ਚੇਂਜ ਆਉਣਗੀਆਂ ਫਿਲਮਾਂ ਵਧੀਆ ਆਉਂਦੀਆਂ ਕੌਮੇਡੀ ਤੋਂ ਬਿਨਾਂ ਆਉਣਗੀਆਂ ਫਿਲਮਾਂ ਵੀ ਹਿੱਟ ਹੁੰਦੀਆਂ ਇੱਦਾਂ ਦਾ ਕੁਛ ਨਹੀਂ ਆ ਕਿ ਨਹੀਂ ਹੁੰਦੀਆਂ ਹਾਲੀ ਸਾਨੂੰ ਵੈਸੇ ਵੀ ਹਿੰਦੀ ਸਿਨੇਮੇ ਨਾਲ ਜਿਹੜਾ ਕੰਪੀਟੀਸ਼ਨ ਹੈ ਨਾ ਉਹਨੂੰ ਉਹਨੂੰ ਮੁਕਾਬਲਾ ਦੇਣ ਵਾਸਤੇ ਹਾਲੀ ਵੈਸੇ ਵੀ ਚੀਜ਼ਾਂ ਜਿੰਨੀਆਂ ਵੱਧ ਤੋਂ ਵੱਧ ਹੁੰਦੇ ਨਾ ਮਸਾਲੇ ਸੁੱਟਣ ਦੀ ਲੋੜ ਹੈ ਹਾਲੀ ਕਿਉਂਕਿ ਸਿਨੇਮਾ ਗਰੋ ਕਰੀ ਜਾਵੇ ਹਾਲੀ ਹਾਲੀ ਤਾਂ ਅਸੀਂ ਆਪਣੇ ਨਿਆਣੇ ਨੂੰ ਕੀ ਹੁੰਦੇ ਆ ਉਹ ਤੁਰਨਾ ਸਿਖਾਉਣਾ ਤੁਰਨਾ ਹੀ ਸਿਖਾ ਰਹੇ ਹਾਂ ਆਪਾਂ ਕੁਛ ਕਰਕੇ ਉਹਨੂੰ ਜਦੋਂ ਤੁਰਨਾ ਸ਼ੁਰੂ ਹੋ ਗਿਆ ਫਿਰ ਉਹਦੇ 'ਤੇ ਵੀ ਡਿਪੈਂਡ ਕਰਦਾ ਹੁੰਦਾ ਕਿ ਫਿਰ ਉਹਨੇ ਕਿਹ ਨੂੰ ਜਾਣਾ ਪੰਜਾਬ ਦੇ ਵਿੱਚ ਜੇ ਮੈਂ ਕਹਾਂ ਕਿ 100% ਲੋਕ ਹੀ ਹਿੰਦੀ ਫਿਲਮਾਂ ਵੇਖ ਲੈਂਦੇ ਆ ਸਮਝ ਆ ਜਾਂਦੀ ਉਹਨਾਂ ਨੂੰ ਰਾਈਟ ਜਿਵੇਂ ਸਾਊਥ ਦਾ ਸਿਨੇਮਾ ਉੱਥੇ ਹਿੰਦੀ ਫਿਲਮਾਂ ਉਹ ਡਿਫਰੈਂਟ ਹੈ ਉੱਥੇ ਉਹਨਾਂ ਨੂੰ ਕੋਈ ਹਿੰਦੀ ਫਿਲਮ ਨਾਲ ਕੋਈ ਕੰਪੀਟੀਸ਼ਨ ਨਹੀਂ ਆ ਸਾਡਾ ਇੱਥੇ ਹਿੰਦੀ ਫਿਲਮ ਨਾਲ ਕੰਪੀਟੀਸ਼ਨ ਹੈ ਠੀਕ ਹੈ ਔਰ ਹਿੰਦੀ ਫਿਲਮ ਦਾ ਉਹ ਕੰਪੀਟੀਸ਼ਨ ਉਹਨਾਂ ਹਿੰਦੀ ਫਿਲਮਾਂ ਨਾਲ ਜਿਹੜੀਆਂ 100-100 ਕਰੋੜ ਦੀਆਂ ਬਣ ਰਹੀਆਂ ਹੈ ਨਾ ਅਤੇ ਪੰਜਾਬ ਦੇ ਵਿੱਚ ਹਰ ਇੱਕ ਬੰਦਾ ਹਿੰਦੀ ਫਿਲਮ ਵੇਖ ਲੈਂਦਾ ਮਤਲਬ ਸਾਡੇ ਜਿਹੜੇ ਬਜ਼ੁਰਗ ਆ ਜਿਹਨਾਂ ਨੂੰ ਉੱਦਾਂ ਹਿੰਦੀ ਬੋਲਣਾ ਚਾਹੁਣ ਤਾਂ ਨਹੀਂ ਬੋਲ ਸਕਦੇ ਹਿੰਦੀ ਫਿਲਮ ਲੱਗਦੀ ਉਹ ਤਾਂ ਉਹ ਵੀ ਵੇਖ ਲੈਂਦੇ ਆ ਹੈ ਨਾ ਉਹਨਾਂ ਨੂੰ ਪਤਾ ਲੱਗ ਜਾਂਦਾ ਕੀ ਗੱਲ ਹੋ ਰਹੀ ਹੈ ਸੋ ਕੰਪੀਟੀਸ਼ਨ ਬੜਾ ਹਾਰਡ ਆ ਇਸ ਕਰਕੇ ਉਸ ਰੇਸ ਦੇ ਵਿੱਚ ਜਦੋਂ ਬਰਾਬਰ ਤੇ ਹਾਲੀ ਕਿ ਆਪਾਂ ਕਈਆਂ ਥਾਵਾਂ ਤੇ ਆਪਾਂ ਆਲਰੇਡੀ ਉਹ ਕਰ ਚੁੱਕੇ ਹਨ ਅੱਗੇ ਆ ਹਾਂਜੀ ਬਹੁਤ ਗਰੋ ਹਾਂਜੀ ਗਰੋ ਕਿ 100 ਸਾਲ ਦੇ ਬਦਲੇ ਆਪਾਂ 10 ਸਾਲਾਂ ਚ ਕਾਫੀ ਅੱਗੇ ਪਹੁੰਚ ਗਏ ਸੋ ਜਦੋਂ ਇਹ ਹੋਰ ਹਾਲੀ 5 ਸਾਲ ਹੋ ਜਾਣਗੇ ਨਾ ਹੋਰ ਫਿਰ ਚੀਜ਼ਾਂ ਸਾਰੀਆਂ ਹੋਣਗੀਆਂ ਫਿਰ ਉਹ ਮੁੱਦੇ ਵੀ ਜਿਹੜੇ ਆ ਜਿਹੜੇ ਪੰਜਾਬ ਦੇ ਮੁੱਦੇ ਉਹ ਵੀ ਨਿਕਲਣੇ ਸ਼ੁਰੂ ਹੋ ਜਾਣਗੇ ਫਿਰ ਆਉਣਗੇ ਚੀਜ਼ਾਂ ਤੇ ਰੱਬ ਮੇਰ ਕਰੇ ਠੀਕ ਹੋਊਗਾ ਕਿ ਰਿਦਮ ਬੋਇਜ਼ ਬਣਾਊਗਾ ਕੋਈ ਇਹੋ ਜੀ ਆਊਟ ਆਫ ਦ ਬਾਕਸ ਫਿਲਮ ਯੈਸ ਦੋ ਫਿਲਮਸ ਇੱਦਾਂ ਦੀਆਂ ਵਾ ਜਿਹੜੀਆਂ ਜਿਨ੍ਹਾਂ 'ਤੇ ਕੰਮ ਚੱਲ ਰਿਹਾ ਸਕ੍ਰਿਪਟਿੰਗ 'ਤੇ ਪਤਾ ਨਹੀਂ ਹਾਲੀ ਉਹ ਹਾਲੀ ਬਣਦੀਆਂ ਕਿ ਨਹੀਂ ਬਣਦੀਆਂ ਉਹ 'ਚ ਕੋਈ ਪ੍ਰੋਬਲਮ ਆਉਂਦੀ ਨਹੀਂ ਆਉਂਦੀ ਕੁਛ ਇੱਦਾਂ ਦਾ ਚੱਕਰ ਹੈਗਾ ਡੈਫੀਨੇਟਲੀ ਬਣਾਵਾਂਗੇ ਔਰ ਬਹੁਤ ਚੰਗੇ ਤਰੀਕੇ ਨਾਲ ਬਣਾਵਾਂਗੇ ਥੋੜ੍ਹਾ ਜਿਹਾ ਆਊਟ ਆਫ ਦ ਬਾਕਸ ਕੁਐਸਚਨ ਆ ਪਰ ਵਾਟ ਯੂ ਥਿੰਕ ਕਿ ਅੱਜ ਦੀ ਜਨਰੇਸ਼ਨ ਜਿਹੜੀ ਆ ਉਹ ਸਿਨੇਮਾ ਨੂੰ ਕਿਵੇਂ ਟ੍ਰੀਟ ਕਰਦੀ ਹੈ ਹਾਲੇ ਵੀ ਉਹ ਕਹਿੰਦੇ ਕਿ ਜੋ ਦਿਖ ਰਿਹਾ ਨਾ ਗਾਣਿਆਂ ਦੀ ਚਲੋ ਆਪਾਂ ਸਟਾਰਟ ਕਰਦੇ ਹਾਂ ਕਿ ਜੋ ਸਾਨੂੰ ਦਿਖ ਰਿਹਾ ਸੀ ਉਹੀ ਸਰਵ ਕਰ ਰਿਹਾ ਪਰ ਸਟਿਲ ਉਹ ਟਾਈਮ ਹੈ ਜਿੱਥੇ ਸਤਿੰਦਰ ਸਰਤਾਜ ਵੀ ਚੱਲਦਾ ਆ ਉਹਨਾਂ ਦੇ ਵੀ ਲਗਾਤਾਰ ਸ਼ੋਅਜ਼ ਹੁੰਦੇ ਆ ਅਮਰਿੰਦਰ ਗਿੱਲ ਵੀ ਉਹਨਾਂ ਦੀ ਫਿਲਮਾਂ ਚੱਲਦੀਆਂ ਨੇ ਜਾਂ ਫਿਰ ਨਵੇਂ ਮੁੰਡਿਆਂ ਦੀ ਗੱਲ ਕੀਤੀ ਮਨਿੰਦਰ ਗੁੱਟਰ ਵਰਗੇ ਮੁੰਡੇ ਆ ਅਖਿਲ ਹੈਗੇ ਆ ਗੁਰੂ ਰੰਧਾਵਾ ਜੋ ਇਹਨਾਂ ਚੀਜ਼ਾਂ ਤੋਂ ਬਹੁਤ ਪਰੇ ਗਾਣੇ ਗਾਉਂਦੇ ਆ ਪਰ ਉਹ ਚੱਲਦੇ ਆ ਇਹ ਉਹ ਲੋਕ ਨੇ ਬਟ ਕਾਫੀ ਸਾਰੇ ਲੋਕ ਆਡੀਅੰਸ 'ਤੇ ਬਲੇਮ ਕਰਦੇ ਆ ਕਿ ਉਹ ਆਡੀਅੰਸ ਵੇਖਦੀ ਹੈ ਤਾਂ ਅਸੀਂ ਵਿਖਾਉਂਦੇ ਹਾਂ ਵਾਟ ਯੂ ਥਿੰਕ ਕਿ ਇਹ ਇੱਕ ਹੁੰਦਾ ਨਾ ਕਿ ਫੇਮ ਚਾਹੀਦਾ ਹੈ ਬੰਦੇ ਨੂੰ ਉਹ ਤੋਂ ਬਿਨਾਂ ਹੁਣ ਰਾਸ ਨਹੀਂ ਹੈ ਜਾਂ ਫਿਰ ਇੱਕ ਰਿਸਪੋਂਸੀਬਿਲਿਟੀ ਹੁੰਦੀ ਆਰਟਿਸਟ ਦੀ ਕਿ ਨਹੀਂ ਜੋ ਚੱਲਦਾ ਜ਼ਰੂਰੀ ਨਹੀਂ ਕਿ ਮੈਂ ਉਹੀ ਕਰਨਾ ਹੈ ਜਦੋਂ ਤੁਸੀਂ ਲੋਕਾਂ 'ਚ ਆ ਜਾਂਦੇ ਹੋ ਪਬਲਿਕ ਫਿਗਰ ਬਣ ਜਾਂਦੇ ਹੋ ਲੋਕਾਂ ਦੇ ਰੋਲ ਮਾਡਲ ਬਣ ਜਾਂਦੇ ਹੋ ਫਿਰ ਤੁਹਾਡੀ ਰਿਸਪੋਂਸੀਬਿਲਿਟੀ ਬਣ ਜਾਂਦੀ ਆ ਸਿੰਗਰ ਜਿਹੜੇ ਨਵੇਂ ਮੁੰਡੇ ਹੈਗੇ ਜਿਵੇਂ ਕਰਦੇ ਆ ਉਹ ਆਪਣੇ ਕਿਸੇ ਤਰ੍ਹਾਂ ਵੀ ਗੱਲ ਕਰ ਸਕਦੇ ਕੁਛ ਵੀ ਕਰ ਸਕਦੇ ਹੋ ਕੋਈ ਮਸਲਾ ਨਹੀਂ ਬੱਚੇ ਹਾਲੀ ਸਟਾਰਟ ਕੀਤਾ ਹੁੰਦਾ ਇਸ ਫੀਲਡ 'ਚ ਹੈ ਨਾ ਉਹ ਕਰਨਗੇ ਕੋਈ ਚੱਕਰ ਨਹੀਂ ਹੁੰਦੀਆਂ ਇਹ ਚੀਜ਼ਾਂ ਚੰਗੀਆਂ ਮਾੜੀਆਂ ਹੁੰਦੀਆਂ ਰਹਿੰਦੀਆਂ ਇਹ ਕੋਈ ਬਹੁਤਾ ਵੱਡਾ ਮੈਟਰ ਨਹੀਂ ਕਰਦਾ ਪਰ ਜਦੋਂ ਤੁਸੀਂ ਪਬਲਿਕ ਫਿਗਰ ਬਣ ਗਏ ਹੋ ਤੁਸੀਂ ਇੱਕ ਰੋਲ ਮਾਡਲ ਲੋਕਾਂ ਦੇ ਬਣਨੇ ਸ਼ੁਰੂ ਹੋ ਗਏ ਤੁਹਾਡੀ ਫਿਰ ਤੁਹਾਡੇ ਮੋਢਿਆਂ 'ਤੇ ਰਿਸਪੋਂਸੀਬਿਲਿਟੀ ਆ ਗਈ ਫਿਰ ਤੁਸੀਂ ਉੱਦਾਂ ਦੇ ਕੰਮ ਨਹੀਂ ਕਰ ਸਕਦੇ ਜਿੱਦਾਂ ਦੇ ਤੁਸੀਂ ਸੋਚਦੇ ਹੋ ਕਿ ਅਸੀਂ ਜੋ ਮਰਜ਼ੀ ਕਰੀ ਜਾਵਾਂਗੇ ਉੱਦਾਂ ਦਾ ਉਹ ਤੋਂ ਬਾਅਦ ਵੀ ਜੇ ਕਰਦੇ ਹੋ ਫਿਰ ਗਲਤ ਗੱਲ ਹੈ ਰਾਈਟ ਜਦੋਂ ਬੰਦਾ ਇੱਕ ਥਾਂ 'ਤੇ ਹੋ ਗਿਆ ਫਿਰ ਤੁਹਾਡੀ ਰਿਸਪੋਂਸੀਬਿਲਿਟੀ ਆ ਫਿਰ ਗਾਣੇ ਕਿੰਨੇ ਲਾਈਕਸ ਆਉਂਦੇ ਆ ਉਹ ਡਿਪੈਂਡ ਨਹੀਂ ਕਰਦਾ ਤੁਸੀਂ ਲੋਕਾਂ ਨੂੰ ਕੀ ਦੇ ਕੇ ਜਾ ਰਹੇ ਹੋ ਉਹ ਡਿਪੈਂਡ ਕਰਦਾ ਕਿਉਂਕਿ ਲੋਕਾਂ ਨੇ ਤੁਹਾਡੇ ਵੱਲ ਵੇਖਣਾ ਹੁਣ ਲੋਕ ਤੁਹਾਨੂੰ ਫੋਲੋ ਕਰਦੇ ਆ ਦੂਸਰੀ ਗੱਲ ਜਿਹੜੀ ਆ ਜਿਹੜੀ ਟ੍ਰੈਜਡੀ ਆ ਸਪੈਸ਼ਲੀ ਪੰਜਾਬ ਨਾਲ ਹੋਈ ਜਿਹੜੀ ਬੰਬੇ ਵੇਖੀ ਹਾਲੇ ਵੀ ਉੱਥੇ ਕੈਫੇਜ਼ ਵਿੱਚ ਜਾਂ ਲੋਕਾਂ ਨੂੰ ਕਲਚਰ ਹੈਗਾ ਬੁੱਕਸ ਦਾ ਪੜ੍ਹਦੇ ਆ ਪੰਜਾਬ 'ਚ ਟੋਟਲ ਖਤਮ ਹੋ ਗਿਆ ਯੂ ਕੈਨ ਸੇ 100% ਤੇ ਮੈਂ ਲੱਗਦਾ 100% ਵੀ ਕਹਿ ਸਕਦੇ ਹਾਂ ਨਹੀਂ ਤਾਂ 99% ਤੇ ਖਤਮ ਹੋ ਗਿਆ 99 ਤਾਂ ਬਿਲਕੁਲ ਹੈ ਹੀ ਨਹੀਂ ਗਾਰੰਟੀ ਆ ਕਿਤਾਬਾਂ ਖਤਮ ਹੋ ਗਈਆਂ ਸਾਡੀ ਲਾਈਫ 'ਚੋਂ ਜਿਹੜੀ ਕਿ ਸਭ ਤੋਂ ਮਾੜੀ ਗੱਲ ਹੈ ਅਗੇਨ ਉਹ ਡਿਵਾਈਸ ਤੁਹਾਡੇ ਹੱਥ 'ਚ ਆ ਗਿਆ ਹੁਣ ਉਹ ਡਿਵਾਈਸ ਦੇ ਉੱਤੇ ਜੋ ਆਊਗਾ ਤੁਸੀਂ ਉਹਨੂੰ ਫੋਲੋ ਕਰਨਾ ਕਿਤਾਬ ਇੱਕ ਇੱਦਾਂ ਦੀ ਚੀਜ਼ ਆ ਕਿ ਕਿਤਾਬ ਦੇ ਵਿੱਚ ਇੱਕ ਕੋਈ ਕੁਛ ਇੱਕ ਪੈਰਾ ਲਿਖਿਆ ਕਿ ਬਾਹਰ ਨਿਕਲਿਆ ਘਰ ਤੋਂ
ਤੇ ਅਸਮਾਨ 'ਚ ਬੱਦਲ ਸੀਗੇ ਤੇ ਹਵਾ ਚੱਲ ਰਹੀ ਸੀ ਤੇ ਹੈ ਨਾ ਕੁਛ ਵੀ ਇੱਦਾਂ ਦੀ ਗੱਲ ਯੂ ਕੈਨ ਇਮੈਜਿਨ ਤੇ ਉਹ ਤੁਹਾਡੀ ਇਮੈਜਿਨ ਕਰਨ ਦੀ ਕੋਈ ਲਿਮਿਟ ਨਹੀਂ ਆ ਤੁਹਾਡਾ ਅਸਮਾਨ ਕਿੱਡਾ ਵੱਡਾ ਵੀ ਹੋ ਸਕਦਾ ਤੁਹਾਡਾ ਅਸਮਾਨ ਕਿਸ ਤਰ੍ਹਾਂ ਦਾ ਵੀ ਹੋ ਸਕਦਾ ਤੁਹਾਡੀ ਉਹ ਹਵਾ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਆ ਉਹ ਦਰਖਤ ਕਿਸੇ ਤਰ੍ਹਾਂ ਦੇ ਹੋ ਸਕਦੇ ਕਿੰਨੇ ਵੀ ਹਿੱਲ ਸਕਦੇ ਆ ਜਦੋਂ ਸਕਰੀਨ 'ਤੇ ਚੀਜ਼ ਆ ਗਈ ਨਾ ਤੁਸੀਂ ਉਸ ਸਕਰੀਨ ਤੋਂ ਬਾਹਰ ਨਹੀਂ ਜਾ ਸਕਦੇ ਤੁਸੀਂ ਜਿਹੜੇ ਦਰਖਤ ਉੱਤੇ ਹਿੱਲਦੇ ਹੋਣਗੇ ਤੁਸੀਂ ਸਿਰਫ ਉਹੀ ਦਰਖਤ ਦੇਖ ਸਕਦੇ ਹੋ ਸੇਮ ਇਹ ਗੱਲ ਸਿਨੇਮੇ 'ਤੇ ਵੀ ਆਉਂਦੀ ਤੁਸੀਂ ਗੱਲ ਆਪਾਂ ਕਰਦੇ ਹੀ ਐਗਜੈਕਟਲੀ ਮੈਨੂੰ ਬੜਾ ਵਧੀਆ ਲੱਗਾ ਸੀ ਗੱਲ ਆਪਣੇ ਆਪ ਹੀ ਐਗਜ਼ਾਮਪਲ ਬਹੁਤ ਸੋਹਣਾ ਦਿੱਤਾ ਕਿ ਆਡੀਓ ਵਿਜੂਅਲ ਦਾ ਸਾਡੇ 'ਤੇ ਬਹੁਤ ਅਸਰ ਪੈਂਦਾ ਬਹੁਤ ਅਸਰ ਪੈਂਦਾ ਇੱਕ ਇੱਕ ਫਿਲਮ ਹੈ ਸਪੋਜ਼ ਲੱਗ ਰਹੀ ਹੈ ਤੁਸੀਂ 99% ਲੋਕ ਉਸ ਫਿਲਮ ਨੂੰ ਉੱਦਾਂ ਹੀ ਵੇਂਦੇ ਆ ਜਿੱਦਾਂ ਵਿਖਾਇਆ ਜਾਂਦਾ ਕਦੀ ਨਾ ਸੋਚਦੇ ਯਾਰ ਇੱਥੇ ਇੱਦਾਂ ਵੀ ਹੋ ਸਕਦਾ ਯਾਰ ਇੱਦਾਂ ਕਿਉਂ ਨਾ ਕਰ ਦਿੱਤਾ ਇਹਨਾਂ ਨੇ ਇੱਥੇ ਇੱਦਾਂ ਹੋ ਸਕਦਾ ਹੈ ਰਾਈਟ ਉਹ ਤਾਂ ਕਰਕੇ ਨਹੀਂ ਹੈਗਾ ਕਿਉਂਕਿ ਸਾਨੂੰ ਸਾਡੇ ਦਿਮਾਗ ਨੂੰ ਇੱਦਾਂ ਇੰਨੇ ਬੁਰੀ ਤਰੀਕੇ ਨਾਲ ਬਲੌਕ ਕਰਤਾ ਗਿਆ ਇੱਕ ਚੀਜ਼ ਦੇ ਨਾਂ ਦੇ ਉੱਤੇ ਕਿ ਅਸੀਂ ਸੋਚਣਾ ਹੀ ਬੰਦ ਕਰ ਦਿੱਤਾ ਅਸੀਂ ਈਵਨ ਕੁਛ ਵੀ ਸੋਚਦੇ ਹਾਂ ਮੈਂ ਮੇਰੀ ਅਕਸਰ ਹੀ ਗੱਲ ਹੋ ਜਾਂਦੀ ਹੈ ਕੋਈ ਗੱਲ ਕਰਦੇ ਤੂੰ ਕਹਿੰਦੇ ਕਿ ਲੈ ਯਾਰ ਆਹ ਗੱਲ ਠੀਕ ਹੈ ਮੈਂ ਨਾ ਨਹੀਂ ਯਾਰ ਠੀਕ ਉਹਨਾਂ ਵਾਲੇ ਗੂਗਲ 'ਤੇ ਸਰਚ ਕਰਦਾ ਹੁਣ ਗੂਗਲ ਕਿੱਥੋਂ ਆਇਆ ਰੱਬ ਨੇ ਥੋੜ੍ਹਾ ਭੇਜਿਆ ਗੂਗਲ ਰਾਈਟ ਤੁਸੀਂ ਤੁਸੀਂ ਅੱਗੇ ਗੱਲ ਕੀਤੀ ਸੀ ਕਿ ਮੈਂ ਸਰਚ ਕੀਤਾ ਗੂਗਲ 'ਤੇ ਰਾਈਟ ਕਿ ਤੁਸੀਂ ਇੱਕ ਭਾਈ ਸਾਹਿਬ ਦਾ ਨਾਂ ਲਿਆ ਸੀ ਆਪਣੇ ਆ ਜਿਹੜੀ ਐਸੋਸੀਏਸ਼ਨ ਸੀਗੀ ਸਾਡੇ ਬਣਾਈ ਭਰਾਵਾਂ ਨੇ ਅਤੇ ਮੈਨੂੰ ਕਦੇ ਦਿਖੇ ਨਹੀਂ ਉਹ ਹੈ ਨਾ ਅਤੇ ਹੁਣ ਜੇ ਬਾਈ ਚਾਂਸ ਉਹ ਤੁਹਾਨੂੰ ਦਿਖ ਜਾਂਦੇ ਠੀਕ ਹੈ ਕਿਸੇ ਨੇ ਨਾਂ ਪਾਤਾ ਉੱਤੇ ਉਹ ਤਾਂ ਕਈ ਬੰਦੇ ਨੇ ਪਾਉਣਾ ਨਾ ਐਗਜੈਕਟਲੀ ਕਿਸੇ ਨੇ ਤਾਂ ਆਉਣਾ ਹੀ ਆ ਕਿਸੇ ਨੇ ਤਾਂ ਆਉਣਾ ਹੀ ਆ ਨਾ ਉਹ ਕਈ ਬੰਦੇ ਨੇ ਪਾਤਾ ਡਜ਼ਨਟ ਮੀਨ ਕਿ ਉਹ ਬੰਦਾ ਰਾਈਟ ਹੈ ਜਾਂ ਰੋਂਗ ਹੈ ਹੈ ਨਾ ਤੁਸੀਂ ਮੇਰੇ ਬਾਰੇ ਵੀ ਕਿਹਾ ਕਿ ਮੈਂ ਜਿਹੜੇ ਉਹ ਹੈਗੇ ਆ ਪ੍ਰੋਡਿਊਸਰਸ ਉਹਦੇ ਵਿੱਚ ਤੁਹਾਡਾ ਨਾਮ ਕੀਤਾ ਤਾਂ ਨਹੀਂ ਆਇਆ ਅਤੇ ਉਹਨਾਂ ਨੂੰ ਨਹੀਂ ਲੱਗਦਾ ਮੈਂ ਚਾਹੁੰਦੀ ਹਾਂ ਕਿ ਚਾਹੇ ਪ੍ਰੋਡਿਊਸਰ ਹੋਵੇ ਚਾਹੇ ਹੁਣੀ ਮੈਂ ਡਾਇਰੈਕਟਰਸ ਨਾਲ ਜਦੋਂ ਇਹ ਚੀਜ਼ਾਂ ਤਾਂ ਮੈਂ ਉਹਨਾਂ ਨਾਲ ਵੀ ਇਹ ਸਾਰੀ ਗੱਲ ਕੀਤੀ ਚਾਹੇ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਡੀ ਓ ਪੀਸ 'ਤੇ ਗੱਲ ਕਰਨੀ ਹੈ ਮੈਂ ਹੋਰ ਸਾਰੇ ਡਿਪਾਰਟਮੈਂਟਸ ਆਪਾਂ ਕਵਰ ਕਰਨਾ ਹੈ ਕਿ ਜੇ ਤੁਸੀਂ ਚੰਗਾ ਕੰਮ ਕਰ ਰਹੇ ਤਾਂ ਇਹ ਇਹ ਤੁਹਾਡਾ ਰਾਈਟ ਆ ਕਿ ਕੋਈ ਤੁਹਾਡੇ ਨਾਮ ਤੁਹਾਡੇ ਜੋਬ ਉੱਤੇ ਤੁਹਾਡੇ ਪ੍ਰੋਫਾਈਲ ਉੱਤੇ ਕੁਛ ਵੀ ਨਾ ਕਹੇ ਇਹਦੇ ਨਾਲ ਕਿਉਂਕਿ ਚੰਗਾ ਤਾਂ ਇੱਕ ਬੰਦਾ ਕੰਮ ਕਰੂਗਾ ਜਿਹੜੇ 10 ਮਾੜੇ ਕਰਨਗੇ ਨਾ ਮਾਰਕੀਟ ਵਿੱਚ ਜਾਂ ਦੇਖਣ ਵਾਲਾ ਵੀ ਉਹਨਾਂ ਦਾ ਇੰਪੈਕਟ ਖਰਾਬ ਪਊਗਾ ਸੋ ਇਟਸ ਇਟਸ ਅ ਰਿਸਪੋਂਸਿਬਿਲਿਟੀ ਕਿ ਜਿਹੜਾ ਬੰਦਾ ਕਾਮਯਾਬ ਹੈ ਚਾਹੇ ਉਹਦੇ ਕੋਲ ਨਹੀਂ ਸਮਾਂ ਤਾਂ ਬੜੀ ਰਿਕੁਐਸਟ ਹੈ ਕਿ ਸਮਾਂ ਕੱਢ ਕੇ ਉਹ ਉਸ ਚੀਜ਼ ਨੂੰ ਦੱਸਣ ਕਿ ਉਹ ਚੀਜ਼ ਐਕਚੁਅਲੀ ਸਹੀ ਹੋ ਵੀ ਰਹੀ ਹੈ ਕਿ ਨਹੀਂ ਹੋ ਰਹੀ ਲੋਕ ਆਪਣਾ ਜਿਹੜਾ ਪੈਸਾ ਗਲਤ ਥਾਂ ਤਾਂ ਨਹੀਂ ਲਾ ਰਹੇ ਵੀ ਆਪਣਾ ਕਾਰਡ ਬਣਵਾ ਲਿਆ ਹੁਣ ਮੈਂ ਕੱਲ੍ਹ ਨੂੰ ਕਹਿੰਦੀ ਹਾਂ ਕਿ ਮੈਂ ਰਜਿਸਟਰ ਕਰਾ ਲੈਂਦੀ ਹਾਂ ਰਜਿਸਟਰ ਕਰਾਉਣ ਤੋਂ ਬਾਅਦ ਮੈਂ ਕਿਸੇ ਨੂੰ ਵੀ ਮਾੜਾ ਜਾਂ ਚੰਗਾ ਕਹਿ ਦੇਵਾਂ 5-5, 10-10 ਹਜ਼ਾਰ ਦੇ ਲਈ ਉਹ ਫਿਰ ਮਾੜੀ ਗੱਲ ਹੈ ਨਾ ਜਿਹੜੇ ਹੁਣ ਬੀਬੀਸੀ ਜੇ ਕੰਮ ਕਰਦਾ ਉਹਨਾਂ ਤੋਂ ਬੁਰਾ ਲੱਗੂਗਾ ਨਾ ਕਿ ਵੀ ਅਥਾਰਿਟੀ ਸਾਡੀ ਤਾਂ ਤੁਸੀਂ ਆਪਣੇ ਝੰਡੇ ਚੱਕੇ ਫਿਰਦੇ ਹੋ ਸੋ ਆਈ ਵਾਂਟ ਇਟਸ ਅ ਰਿਸਪੋਂਸਿਬਿਲਿਟੀ ਫਰੋਮ ਯੋਰ ਸਾਈਡ ਆਲਸੋ ਕਿ ਤੁਸੀਂ ਇਸ ਚੀਜ਼ ਦੀ ਅਵੇਅਰਨੈਸ ਟਾਈਮ ਟੂ ਟਾਈਮ ਲੋਕਾਂ ਨੂੰ ਦਿਓ ਤਾਂ ਜੋ ਲੋਕ ਮੈਂਟਲੀ ਫਿਜ਼ੀਕਲੀ ਇਮੋਸ਼ਨਲੀ ਇਸ ਚੀਜ਼ ਵਿੱਚ ਖਰਾਬ ਨਾ ਹੋਣ ਨਹੀਂ ਸੀ ਪ੍ਰਿਤਪਾਲ ਅਗੇਨ ਮੈਂ ਪਹਿਲਾਂ ਉਹੀ ਗੱਲ ਕਰਦਾ ਆਪਣੇ ਜਿਹੜੇ ਜਿਹੜੇ ਸਾਡੇ ਭਰਾ ਜਿਨ੍ਹਾਂ ਨੇ ਸਟਾਰਟ ਕੀਤਾ ਕਿ ਉਹਨਾਂ ਦੀ ਐਸੋਸੀਏਸ਼ਨ ਜੇ ਬਣੀ ਆ ਉਹਨਾਂ ਰਿਸਪੋਂਸੀਬਿਲਿਟੀ ਵੱਧ ਗਈ ਆ ਮੈਂ ਇੱਦਾਂ ਦੇ ਕੁਛ ਬੰਦਿਆਂ ਨੂੰ ਜਾਣਦਾ ਮੈਨੂੰ ਨਹੀਂ ਪਤਾ ਕਿਉਂਕਿ ਉਹ ਉਸ ਐਸੋਸੀਏਸ਼ਨ 'ਚ ਹੈਗੇ ਕਿ ਨਹੀਂ ਹੈਗੇ ਮੈਂ ਵੇਖੇ ਨਹੀਂ ਹੈ ਨਾ ਜਿਨ੍ਹਾਂ ਨੇ ਪੈਸਾ ਲਾਇਆ ਕੋਲੋਂ ਔਰ ਇਹ 90% ਪ੍ਰੋਡਿਊਸਰ ਦਾ ਮਸਲਾ ਹੈਗਾ ਇੱਕ ਵਾਰੀ ਪੈਸਾ ਲਾਇਆ ਕੋਲੋਂ ਜਾਂ ਕਿਤੇ ਫੜ ਕੇ ਲਾਇਆ ਜਾਂ ਕੁਛ ਵੀ ਕਰਕੇ ਆਇਆ ਫਿਲਮ ਬਣਾਈ ਫਿਲਮ ਦਾ ਪਤਾ ਨਹੀਂ ਆ ਫਿਲਮ ਫਲੋਪ ਹੋ ਗਈ ਪੈਸੇ ਨਹੀਂ ਵਾਪਸ ਆਏ ਫਲੋਪ ਹੋ ਗਈ ਕਿੱਦਾਂ ਹੋਇਆ ਓਵਰ ਬਜਟ ਹੋ ਗਈ ਵਟ ਐਵਰ ਕੁਛ ਵੀ ਕਰ ਫਿਰ ਉਹਨਾਂ ਨੇ ਫਿਗਰਸ ਪਾਉਣੀਆਂ ਸ਼ੁਰੂ ਕੀਤੀਆਂ ਕਿ ਸਾਡੀ ਫਿਲਮ ਨੇ ਇੰਨੇ ਪੈਸੇ ਕਮਾਏ ਉਹ ਫਿਗਰਸ ਪਾ ਦਿੰਦੇ ਆ ਹੁਣ ਉਸ ਤੋਂ ਬਾਅਦ ਮੈਂ ਜਿਹਨਾਂ ਨੂੰ ਜਾਣਦਾ ਕੁਛ 2-4 ਜਣਿਆਂ ਨੂੰ ਉਹਨਾਂ ਨੇ ਫਿਲਮ ਬਣਾਈ ਸ਼ਾਇਦ ਆਪਣਾ ਪਹਿਲਾਂ ਪੈਸਾ ਲਾਇਆ ਹੋਊਗਾ ਫਿਲਮ ਫਲੋਪ ਹੋ ਗਈ ਉਹ ਫਿਲਮ ਫਲੋਪ ਹੋਣ ਤੋਂ ਬਾਅਦ ਉਹਨਾਂ ਦੀ ਸਟੇਟਮੈਂਟ ਜਾਂ ਉਹਨਾਂ ਦਾ ਇੱਦਾਂ ਦਾ ਐਟੀਟਿਊਡ ਹੁੰਦਾ ਕਿ ਹੁਣ ਸਾਨੂੰ ਪਤਾ ਲੱਗ ਗਿਆ ਫਿਲਮ ਕਿਵੇਂ ਕਰਨੀ ਤੁਹਾਨੂੰ ਪਤਾ ਲੱਗ ਗਿਆ ਹੁਣ ਫਿਲਮ ਅਤੇ ਰੌਲਾ ਹੀ ਪਾ ਜਾਂਦਾ ਕਿ ਫਿਲਮ ਸਾਡੀ ਓਕੇ ਆ ਔਰ ਇਹ ਗੱਲ ਦਾ ਕਿਸੇ ਨੂੰ ਨਹੀਂ ਪਤਾ ਲੱਗ ਸਕਦਾ ਹੁੰਦਾ ਕਿ ਫਿਲਮ ਨੇ ਬਿਜ਼ਨਸ ਕੀ ਕੀਤਾ ਇੰਡੀਆ 'ਚ ਠੀਕ ਹੈ ਮੈਂ ਉਸ ਗੱਲ 'ਤੇ ਵੀ ਆਊਂਗਾ ਬਾਅਦ 'ਚੋਂ ਇੰਡੀਆ 'ਚ ਕਿਉਂ ਵਰਡ ਕਿਹਾ ਮੈਂ ਫਿਰ ਉਹ ਆਪਣੇ ਰਿਸ਼ਤੇਦਾਰਾਂ ਨੂੰ ਯਾਰਾਂ ਨੂੰ ਕੁਲੀਗਸ ਨੂੰ ਦੂਜਿਆਂ ਹੋਰ ਬੰਦਿਆਂ ਨੂੰ ਇਹ ਵਿਖਾ ਕੇ ਕਿ ਫਿਲਮ ਨੇ ਪੈਸੇ ਕਮਾਏ ਆ ਫਿਰ ਅਗਲੀ ਫਿਲਮ ਬਣਾਉਂਦੇ ਆ ਅਤੇ ਖੁਦ ਪ੍ਰੋਡਿਊਸਰ ਬਣ ਕੇ ਬੈਠੇ ਹੁੰਦੇ ਆ ਠੀਕ ਹੈ ਹੁਣ ਉਹਨਾਂ ਵਿੱਚ ਅਗੇਨ ਮੈਂ ਗੱਲ ਕਰਦਾ ਇਹ ਹਰ ਇੱਕ ਫੀਲਡ ਵਿੱਚ ਹੀ ਹੁੰਦਾ ਤੁਹਾਡੀ ਫੀਲਡ 'ਚ ਵੀ ਹੋਊਗਾ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਪਿੱਠੀ ਅੱਧਿਆਂ ਨੂੰ ਤਾਂ ਇਹੀ ਲੱਗ ਜਾਂਦਾ ਕਿ ਯਾਰ ਇਹ ਦੁਨੀਆ ਹੀ ਬੜੀ ਰੰਗੀਨ ਹੈ ਨਾ ਵੀ ਪੈਸਾ ਹੈਗਾ ਕੋਲ
ਕੋਈ ਨਹੀਂ ਲਾ ਲਾਂਗੇ, ਕੋਈ ਚੱਕਰ ਨਹੀਂ। ਅੱਛਾ ਹੁਣ ਜਿਹੜਾ ਬੰਦਾ ਫੈਨ ਹੈ ਸਪੋਜ਼, ਮਤਲਬ ਮੈਨੂੰ ਲੱਗਦਾ ਮੈਨੂੰ ਫੋਰ ਐਗਜ਼ਾਮਪਲ ਦੀਪਿਕਾ ਪਾਦੂਕੋਨ ਬਹੁਤ ਵਧੀਆ ਲੱਗਦੀ ਹੈ, ਹੈ ਨਾ। ਅੱਛਾ ਵੈਸੇ ਪੁੱਛ ਲਓ ਲੱਗਦੀ ਕਿ ਨਹੀਂ ਲੱਗਦੀ? ਬਿਲਕੁਲ ਲੱਗਦੀ ਹੈ। ਮੈਂ ਕਿਹਾ ਇਹ ਗੱਲ ਅਵੇਅਰਨੈਸ ਸੋਚ ਵਿੱਚ ਗੱਲ ਦੀ ਗੱਲ ਹੈ, ਫੋਰ ਐਨ ਐਗਜ਼ਾਮਪਲ ਸੀ ਦਿੱਤਾ। ਮੈਂ ਗੱਲ ਕਰਦਾ ਇੱਕ ਐਗਜ਼ਾਮਪਲ ਦਿੱਤੀ ਵੈਸੇ, ਅਤੇ ਮੇਰੇ ਵਾਸਤੇ ਹੋਊਗਾ ਕਿ ਯਾਰ ਜੇ ਮੇਰੇ ਕੋਲ ਪੈਸਾ ਹੋਵੇ, ਲੱਗੇ ਕਿ ਯਾਰ 2-3 ਕਰੋੜ ਦਾ ਅਤੇ ਦੀਪਿਕਾ ਪਾਦੂਕੋਨ ਦੀ ਫਿਲਮ 'ਚ ਪੈਸੇ ਲਾਉਣੇ, ਤਾਂ ਮੈਂ ਲਾ ਦੂੰਗਾ ਉਸੇ ਵੇਲੇ। ਉਹਦੇ ਮਨ 'ਚ ਇਹ ਆਉਂਦਾ ਕਿ ਚਲੋ ਠੀਕ ਹੈ ਯਾਰ, ਇੰਨਾ ਹੀ ਬੜੀ ਆ, ਬਾਕੀਆਂ 'ਚ ਹੋਊਗਾ ਵੀ ਬੜੀ ਗੱਲ ਹੈ ਇਹਦੀ। ਪਰ ਕੁਝ ਲੋਕ ਇੱਦਾਂ ਦੇ ਆ ਜਿਹੜੇ ਸਿਰਫ ਇਸੇ ਕਰਕੇ ਆਉਂਦੇ ਕਿ ਇੱਥੇ ਪਤਾ ਨਹੀਂ ਕੀ ਕੁਝ ਮਿਲਦਾ, ਇਹ ਦੁਨੀਆ ਰੰਗੀਨ ਦਾ ਮਤਲਬ ਸਮਝਦੇ ਹੋ ਨਾ, ਐਗਜੈਕਟਲੀ ਉਸ ਹਿਸਾਬ 'ਚ ਆਉਂਦੇ ਵੀ ਕੋਈ ਨਹੀਂ ਕਰੋੜ ਡੇਢ ਕਰੋੜ ਲੱਗ ਵੀ ਜਾਊਗਾ ਤਾਂ ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ, ਆਪਾਂ ਕਰ ਲਵਾਂਗੇ। ਔਰ ਉਸ ਉਹਨਾਂ ਦਾ ਉਸ ਚੀਜ਼ ਦਾ ਫਾਇਦਾ ਉਠਾ ਕੇ ਉਹ ਜਿਹੜੇ ਮੇਰੇ ਵਰਗਿਆਂ ਨੇ ਪਹਿਲਾਂ ਇੱਕ ਫਿਲਮ ਫਲੋਪ ਕੀਤੀ ਹੁੰਦੀ ਆ, ਉਹਨਾਂ ਇਹ ਲੱਗਦਾ ਹੁੰਦਾ ਵੀ ਯਾਰ ਹੁਣ ਪੈਸੇ ਜਿਹੜਾ 2-3-4 ਕਰੋੜ ਲੱਗਾ ਵਾ ਉਹਨੂੰ ਪੂਰਾ ਵੀ ਤਾਂ ਕਰਨਾ ਨਾ, ਹੈ ਨਾ। ਅਤੇ ਯੂ ਕੈਨ ਸੇ ਸੋ ਕਾਲਡ ਪ੍ਰੋਡਿਊਸਰ ਜਿਹੜੇ ਨੇ ਉਹ ਫਿਰ ਉਹਨਾਂ ਨੂੰ ਵੀ ਲੈ ਆਉਂਦੇ ਨਾਲ, ਹੈ ਨਾ। ਜੇ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਬੜੀ ਰੰਗੀਨ ਦੁਨੀਆ ਵਾ, ਤਾਂ ਸਭ ਤੋਂ ਉਹਨਾਂ ਨੂੰ ਰਿਸਪੋਂਸ ਕਰਨ ਵਾਲਾ ਵੀ ਕੋਈ ਮਿਲ ਜਾਂਦਾ ਹੋਵੇ, ਕੋਈ ਮਤਲਬ ਇਹ ਕੋਈ ਬਿਗ ਡੀਲ ਨਹੀਂ, ਮੈਂ ਉਹਨਾਂ ਦਾ ਕਸੂਰ ਨਹੀਂ ਕੱਢਦਾ ਇਕੱਲਿਆਂ ਦਾ, ਹੈ ਨਾ। ਤਾੜੀ ਕਦੀ ਵੀ ਇੱਕ ਹੱਥ ਨਾਲ ਨਹੀਂ ਵੱਜਦੀ। ਐਗਜ਼ੈਕਟਲੀ। ਹੁਣ ਗੱਲ ਇਹ ਆ ਕਿ ਜੇ ਮਤਲਬ ਉਹਨਾਂ ਨੇ ਪੈਸੇ ਲਵਾ ਲਏ ਦੂਜੇ, ਆਪਣੀ ਫਿਲਮ ਫਲੋਪ ਕਰ ਲਈ ਆ, ਅਗਲੀ ਫਿਲਮ ਉਹਨਾਂ ਨੂੰ ਇਹ ਕਹਿੰਦਾ ਵੀ ਹੁਣ ਪਤਾ ਲੱਗ ਗਿਆ, ਅਤੇ ਜਿਹਨਾਂ ਤੋਂ ਪੈਸੇ ਲਵਾਏ ਉਹਨਾਂ ਨੂੰ ਨਹੀਂ ਦੱਸਿਆ ਹੋਣਾ ਕਿ ਮੈਂ ਭਾਜੀ 3 ਕਰੋੜ ਦਾ ਘਾਟਾ ਖਾ ਕੇ ਬੈਠਾ, ਠੀਕ ਆ। ਹੁਣ ਮੈਂ ਜਿਹੜੀ ਗੱਲ ਕਰਦਾ ਸੀ ਕਿ ਜੇ ਸਾਡੇ ਉਹ ਜਿਹੜੇ ਭਰਾ ਵਾ, ਆਪਾਂ ਹੁਣ ਇਹ ਗੱਲ ਛੱਡ ਕੇ ਦੂਜੇ ਬੰਨੇ ਆ ਰਹਾ ਮੈਂ, ਕਿ ਜਿਹੜੇ ਸਾਡੇ ਉਹ ਭਰਾ ਪ੍ਰੋਡਿਊਸਰ ਜਿਨ੍ਹਾਂ ਨੇ ਐਸੋਸੀਏਸ਼ਨ ਬਣਾਈ ਆ, ਉਹਨਾਂ ਦੀ ਰਿਸਪੋਂਸੀਬਿਲਟੀ ਵੱਧ ਗਈ ਹੈ, ਕਿਉਂਕਿ ਉਹਨਾਂ ਨੇ ਇੱਕ ਉਹ ਇੱਕ ਸਾਡਾ ਫੇਸ ਬਣ ਗਏ ਨੇ ਪ੍ਰੋਡਿਊਸਰਸ ਦਾ। ਪਰ ਹੁਣ ਜੇ ਉਹ ਗਲਤੀ ਕਰਨਗੇ ਤਾਂ ਫਿਰ ਸਾਡੇ ਉੱਤੇ ਵੀ ਦਾਗ ਆਊਗਾ, ਉਹ ਸਾਡੇ 'ਤੇ ਵੀ ਕੁਐਸਚਨ ਹੋਊਗਾ। ਰੀਪ੍ਰਜੈਂਟ ਕਰ ਰਹੇ ਨਾ ਸਾਨੂੰ, ਹੈ ਨਾ। ਉਹਨਾਂ ਨੂੰ ਉਹ ਰਿਸਪੋਂਸੀਬਿਲਟੀ ਫਿਰ ਸਮਝਣੀ ਪੈਣੀ ਹੈ। ਔਰ ਮੈਂ ਪਿੱਛੇ ਜੇ ਮੈਂ ਹੁਣ ਇੱਕ ਨਾਂ ਤਾਂ ਨਹੀਂ ਲੈਣਾ, ਮੈਂ ਉਹਨਾਂ 'ਚੋਂ ਇੱਕ ਸਾਡੇ ਨਾਂ ਨਹੀਂ ਆ, ਉਹਨਾਂ ਨੂੰ ਮੈਂ ਜਾਣਦਾ, ਉਹਦੀ ਇੱਕ ਫਿਲਮ ਆਈ ਸੀ, ਫਿਰ ਉਹਨੇ ਕੰਮ ਨਹੀਂ ਕੀਤਾ, ਐਕਸਪੀਰੀਅੰਸ ਨਹੀਂ, ਪਤਾ ਨਹੀਂ। ਉਹਨਾਂ ਨੇ ਵੀ ਇੱਕ ਫੇਕ ਫਿਗਰ ਪਾ ਦਿੱਤੀ, ਚਾਹੇ ਬਾਅਦ 'ਚ ਡਿਲੀਟ ਕਰ ਦਿੱਤੀ, ਇੱਕ ਫੇਕ ਫਿਗਰ ਪਾ ਦਿੱਤੀ। ਜਦੋਂ ਤੁਸੀਂ ਇੰਡੀਆ ਵਾਲੀ ਆਪਾਂ, ਸੋਰੀ ਮੈਂ ਤੁਹਾਡੀ ਗੱਲ ਇੰਟਰਪਟ ਕੀਤੀ, ਇੰਡੀਆ ਵਾਲੀ ਜਿਹੜੀ ਤੁਸੀਂ ਗੱਲ ਕੀਤੀ, ਵੱਡੇ ਜਿਹੜੇ ਚੈਨਲਸ ਹੁੰਦੇ ਉਹਨਾਂ ਕੋਲ, ਉਹਨਾਂ ਦੇ ਜਿਹੜੇ ਫੇਮਸ ਜਰਨਲਿਸਟ, ਅਥੋਰਿਟੀ ਜਰਨਲਿਸਟ ਹੁੰਦੇ, ਉਹਨਾਂ ਕੋਲ ਜਿਹੜੀ ਇੱਕ ਵੈਬਸਾਈਟ ਹੁੰਦੀ ਆ, ਸ਼ਾਇਦ ਉਹ ਤੁਸੀਂ ਵੀ ਇਸਤੇਮਾਲ ਕਰਦੇ ਹੋਵੋਗੇ, ਕਿ ਉਹ ਵੈਬਸਾਈਟ ਬਾਏ ਕਰਨੀ ਪੈਂਦੀ ਆ, ਔਰ ਉਸੇ ਪਤਾ ਲੱਗ ਜਾਂਦਾ ਹੈ ਤੁਹਾਨੂੰ ਨਾਲੋ ਨਾਲ ਹੀ ਕਿ ਕਿਹੜੀ ਫਿਲਮ ਨੇ ਕਿੰਨਾ ਪੈਸਾ ਕਮਾਇਆ ਅਤੇ ਕਿਹੜੀ ਜਗ੍ਹਾ ਕਿੱਥੇ ਹੋਇਆ। ਸੋ ਵੀ ਹੈਵ ਦੈਟ ਅਥੋਰਿਟੀ। ਪਰ ਜਿਹੜੇ ਹੁਣ ਤੁਸੀਂ ਕਿਹਾ ਨਵੇਂ ਪ੍ਰੋਡਿਊਸਰਸ ਆਉਂਦੇ ਆ, ਜਾਂ ਫਿਰ ਜਿਹਨਾਂ ਇਹਨਾਂ ਲੋਕਾਂ ਨੂੰ ਅਥੋਰਿਟੀ ਨਹੀਂ ਪਤਾ, ਔਰ ਉਸ ਬਿਨਾਂ ਅਵੇਅਰਨੈਸ ਤੋਂ, ਔਰ ਜਿਹਨਾਂ ਬ੍ਰਾਂਡਸ ਦਾ ਨਾਮ ਲੈ ਕੇ 5-4 ਪਾਉਂਦੇ ਆ ਨਾ, ਉਹਨਾਂ ਦੀ ਤਾਦਾਦ ਵੱਡੀ ਆ, ਉਹ ਗਲਤ ਅਵੇਅਰਨੈਸ ਲੋਕਾਂ ਨੂੰ ਪਾਉਂਦੇ ਹੁੰਦੇ ਆ। ਲੱਗਾ ਕਿ 99% ਕਹਿ ਸਕਦੇ, 90% ਤਾਂ ਹੈ ਹੀ ਆ ਨਾ, ਆਰਟਿਸਟਾਂ ਨੂੰ ਵੀ ਫਿਗਰਸ ਦਾ ਨਹੀਂ ਪਤਾ ਹੁੰਦਾ। ਐਗਜ਼ੈਕਟਲੀ। ਜਿਹੜਾ ਫਿਲਮ ਦਾ ਹੀਰੋ ਆ ਨਾ ਉਹਨੂੰ ਵੀ ਨਹੀਂ ਪਤਾ ਕੀ ਆ, ਜਿਹੜੀ ਫਿਲਮ ਦੀ ਹੀਰੋਇਨ ਹੈ ਨਾ ਉਹਨੂੰ ਵੀ ਨਹੀਂ ਪਤਾ ਕੀ ਹੈ। ਮੈਂ ਇੱਕ ਮੇਰਾ ਮਿੱਤਰ ਹੈ, ਬੜਾ ਸਾਡਾ ਬਹੁਤ ਪਿਆਰਾ ਮਿੱਤਰ ਹੈ, ਛੋਟਾ ਭਰਾ, ਅੱਛਾ ਨਾਮ ਉਹਦਾ ਫਿਲਮ ਇੰਡਸਟਰੀ 'ਚ, ਪ੍ਰੋਡਿਊਸਰ ਵੀ ਆ, ਉਹਦੀ ਕੋਈ ਫਿਲਮ ਰਿਲੀਜ਼ ਹੋਈ ਕੋਈ, ਅਤੇ ਉਹਨੇ ਕੋਈ ਫਿਗਰ ਦੱਸਤੀ ਇੱਦਾਂ ਕਿ ਇੰਨੀ ਫਿਗਰ ਹੈ ਉਹਦੀ, ਫਸਟ ਡੇ ਇੰਨਾ ਆਇਆ। ਤੂੰ ਮੇਰੇ ਨਾਲ ਵੈਸੇ ਫੋਨ 'ਤੇ ਕੋਈ ਗੱਲ ਕਰ ਰਿਹਾ ਇੱਦਾਂ, ਅਤੇ ਮੈਂ ਕਿਹਾ ਕਿੱਦਾਂ ਵੀ ਕਿਵੇਂ ਰਿਹਾ ਕੱਲ੍ਹ, ਫਿਰ ਕਿੱਦਾਂ, ਹੈ ਨਾ ਜੇ ਉਹ, ਮੈਂ ਤਾਂ ਭਾਅ ਜੀ ਇੰਨਾ ਵਾ, ਪਰ ਆਪਾਂ ਇੰਨਾ ਗਿਆ ਵਾ, ਹੈ ਨਾ। ਕਹਿੰਦਾ ਯਾਰ ਉਹ ਜਿਹੜੀ ਕੁੜੀ ਆ ਜਿਹੜੀ ਸੀਗੀ ਹੀਰੋਇਨ, ਉਹਨੇ ਕੋਈ ਪਾਰਟੀ ਪੁਰਟੀ ਅਰੇਂਜ ਕੀਤੀ, ਉਹਨੂੰ ਲੱਗਾ ਉਹ ਵੀ ਇੰਨੀ ਲੱਗ ਗਈ, ਮੈਂ ਪਾਰਟੀ ਕਰਨੀ, ਚਲ ਉਹਦਾ ਬਚਾਈ ਦਾ ਮਨ ਖੁਸ਼ ਹੋ ਜਾਊਗਾ, ਅਤੇ ਚੱਲ ਆਪਾਂ ਕਹਿਤਾ, ਅਤੇ ਮੈਂ ਚੱਲ ਵਧੀਆ ਗੱਲ ਹੈ ਯਾਰ, ਠੀਕ ਆ, ਅਗਲੇ ਦਾ ਮਨ ਖੁਸ਼ ਹੋ ਜਾਊ। ਹੁਣ ਉਹ ਮੇਨ ਲੀਡ ਦੀ ਜਿਹੜੀ ਕੁੜੀ ਆ ਉਹਨੂੰ ਅੱਜ ਤੱਕ ਕਿਸ ਗੱਲ ਦਾ ਪਤਾ ਨਹੀਂ ਹੋਣਾ, ਹੈ ਨਾ, ਠੀਕ ਹੈ, ਕਿ ਕੀ ਬਣਿਆ। ਇੱਦਾਂ ਬਾਕੀ ਆਰਟਿਸਟ ਵੀ ਆ, ਰਾਈਟਰਸ ਨੇ, ਡਾਇਰੈਕਟਰਸ ਨੇ, ਹਰ ਡਿਪਾਰਟਮੈਂਟ ਦਾ ਹਾਲ, ਹਰ ਡਿਪਾਰਟਮੈਂਟ 90% ਲੋਕਾਂ ਨੂੰ ਐਕਚੁਅਲ ਫਿਗਰਸ ਦਾ ਨਹੀਂ ਪਤਾ ਹੁੰਦਾ। ਉਹਨਾਂ ਨੂੰ ਜੋ ਕਹਿ ਦਿੱਤਾ ਗਿਆ ਕਿ ਸ਼ੇਅਰ ਕਰੋ, ਉਹਨਾਂ ਨੇ ਸ਼ੇਅਰ ਕਰ ਦੇਣਾ, ਔਰ ਸੱਚ ਮੰਨ ਕੇ ਕਰ ਲੈਣਾ ਸ਼ੇਅਰ, ਕਿ ਠੀਕ ਆ ਕਰ ਦਿਉ। ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਕਿ ਉਹਨਾਂ ਨੂੰ ਲੱਗਦਾ ਚੱਲ ਮੇਰੀ ਫਿਲਮ ਹੈ ਯਾਰ, ਜਵਾਦੀ ਆਉਣ ਡਿਆ, ਮੈਂ ਕਿਉਂ ਕਹੂੰਗਾ, ਹੈ ਨਾ, ਵਾਹਵਾਹੀ ਤਾਂ ਮਿਲਦੀ ਹੈ ਨਾ, ਵੀ ਲੋਕਾਂ ਨੂੰ ਥੋੜ੍ਹਾ ਪਤਾ ਹੋਣਾ। ਜੇ ਇੰਡਸਟਰੀ ਦੇ ਜਿਹੜੇ ਲੋਕ ਨੇ 90%, ਉਹਨਾਂ ਨੂੰ ਐਕਚੁਅਲੀ ਫਿਗਰਸ ਦਾ ਨਹੀਂ ਪਤਾ, ਅਤੇ ਦੁਨੀਆ ਵਿਚਾਰੀ ਨੂੰ ਕਿੱਥੋਂ ਪਤਾ ਹੋਊਗਾ, ਲੋਕਾਂ ਪਤਾ ਨਹੀਂ ਕਹਿਣਾ ਉਹਦੀ ਫਿਲਮ ਉਹ ਵੀ ਹਿੱਟ ਹੋ ਗਈ, ਉਹ ਵੀ ਇੰਨੇ ਇੰਨੇ ਕਰੋੜਸ। ਹੁਣ ਜਿਹੜੀ ਮੈਂ ਗੱਲ ਕਰਦਾ ਹੈਗੀ ਕਿ ਇੰਡੀਆ ਦਾ ਪਾਉਂਦੇ ਆ, 100 ਚੋਂ 1 ਫਿਲਮ ਹੋਊਗੀ ਜੇ ਐਵਰੇਜ ਕੱਢਾਂਗੇ, 2 ਲਾ ਲਓ, ਜਿਹੜੀਆਂ ਓਵਰਸੀਜ਼ ਦੀ ਫਿਗਰਸ ਵੀ ਨਾਲ ਪਾਉਂਦੀਆਂ,
ਕਿਉਂਕਿ ਇੰਡੀਆ 'ਚ ਐਕਚੁਅਲ ਫਿਗਰ ਦੇਖਣ ਵਾਸਤੇ ਕੋਈ ਵੈਬਸਾਈਟ ਕੋਈ ਇੱਦਾਂ ਦੀ ਚੀਜ਼ ਨਹੀਂ ਹੈਗੀ ਅਥਾਰਟੀ ਨੇ ਕਿ ਹਾਲਾਂਕਿ ਹੈਗੀ ਆ ਜਿਹੜੇ ਉੱਪਰਲੇ 5-7-10 ਬੰਦੇ ਹੈਗੇ ਇੰਡਸਟਰੀ ਉਹਨਾਂ ਨੂੰ ਪਤਾ ਹੁੰਦਾ ਐਕਚੁਅਲੀ ਕਿੰਨੀ ਆ ਯਾਰ ਸਾਰੇ ਡਿਸਟ੍ਰੀਬਿਊਟਰ ਤਾਂ ਕਿਸੇ ਨੂੰ ਜਾਣਦੇ ਹੁੰਦੇ ਆ ਇੰਨੀ ਕੁ ਇੰਡਸਟਰੀ ਆਪਣੀ ਇਹ ਬਹੁਤ ਵੱਡੀ ਇੰਡਸਟਰੀ ਥੋੜ੍ਹਾ ਵਾ ਪਰ ਓਵਰਸੀਜ਼ ਦੀ ਫਿਗਰ ਕੋਈ ਨਹੀਂ ਪਾਊਗਾ ਉਹਦਾ ਰੀਜ਼ਨ ਇਹ ਆ ਕਿ ਕੌਮਸਕੋਰ ਅਤੇ ਰੈਂਟਰੈਕ ਵਰਗੀ ਵੈਬਸਾਈਟਸ ਜਿਹੜੀਆਂ ਹੈਗੀਆਂ ਕਿਸੇ ਨੇ ਵੀ ਉਹਦਾ ਸਕਰੀਨਸ਼ੋਟ ਲੈ ਕੇ ਉਸ ਪੋਸਟਰ ਦੇ ਥੱਲੇ ਨਾਲ ਲਿਖ ਕੇ ਪਾ ਦਿੱਤਾ ਅਤੇ ਜਵਾਬ ਕੀ ਦੇਵੋਂਗੇ ਹੈ ਨਾ ਉੱਥੇ ਸਿਰਫ ਕੁਝ ਡਾਲਰਸ ਦਾ ਹੀ ਉੱਪਰ ਥੱਲੇ ਹੋਊਗਾ ਜੇ ਹੋਊਗਾ ਤਾਂ ਉਹ ਵੀ ਕਿੰਨੇ ਵਜੇ ਦੇਖਿਆ ਗਿਆ ਕਿੰਨੇ ਵਜੇ ਨਹੀਂ ਦੇਖਿਆ ਗਿਆ ਥੋੜ੍ਹਾ ਫਰਕ ਹੀ ਹੋਊਗਾ ਇੱਥੇ ਮੰਨ ਲਓ ਓਪਨਿੰਗ 50 ਲੱਖ ਆ ਅਤੇ ਪੋਸਟਰ 1.5 ਕਰੋੜ ਦਾ ਹੈ ਨਾ ਸਰ ਕਿ 100 ਚੋਂ ਇੱਕ ਫਿਲਮ ਹੋਊਗੀ ਜਿਹਦੀ ਐਕਚੁਅਲ ਫਿਗਰ ਬਾਹਰ ਵਾਲੀ ਵੀ ਲੱਗਦੀ ਆ ਕਿ ਇੰਨੀ ਹੈ ਹੁਣ ਉਹ ਤੋਂ ਬਾਅਦ ਵੇਖਣ ਦੀ ਗੱਲ ਸਾਰੀ ਦੁਨੀਆ 'ਚੋਂ ਇੰਨੇ ਪੈਸੇ ਆ ਅਤੇ ਇੰਡੀਆ 'ਚ ਮਤਲਬ ਇੰਨੇ ਪੈਸੇ ਹੋਏ ਮਤਲਬ ਰਾਈਟ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਫਿਰ ਮੈਨੂੰ ਲੱਗਾ ਕਿ ਯਾਰ ਇਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਗਾ ਐਕਚੁਅਲੀ ਜੇ ਆਰਟਿਸਟ ਜਿਹੜੇ ਉਸ ਫਿਲਮ ਦਾ ਪਾਰਟ ਹੁੰਦੇ ਨੇ ਜਾਂ ਬਾਕੀ ਟੈਕਨੀਸ਼ੀਅਨ ਜਿਹੜੇ ਪਾਰਟ ਹੁੰਦੇ ਨੇ ਜੇ ਉਹਨਾਂ ਨੂੰ ਫਿਕਰ ਤਾਂ ਨਹੀਂ ਪਤਾ ਅਤੇ ਜਿਹੜੇ ਵਿਚਾਰਿਆਂ ਨੇ ਨਵੇਂ ਅਗਲੇ 2 ਕਰੋੜ ਲੈ ਕੇ ਖਲੋਤੇ ਆ ਉਹਨਾਂ ਨੂੰ ਕਿੱਥੋਂ ਪਤਾ ਹੋਊਗਾ ਅਤੇ ਉਹ ਫਿਗਰਸ ਪਾਉਣ ਦਾ ਮਤਲਬ ਆਪਣੀ ਫਿਲਮ ਵੱਡੀ ਜਾਂ ਛੋਟੀ ਕਰਨਾ ਨਹੀਂ ਆ ਉਹ ਫਿਗਰਸ ਪਾਉਣ ਦਾ ਮਤਲਬ ਇਹ ਆ ਕਿ ਅਗਲੇ ਗਾਹਕ ਜਿਹੜੇ ਆ ਉਹ ਆਪਾਂ ਲੈ ਆਈਏ ਇਨਵੈਸਟਰ ਲੈ ਆਈਏ ਆਪਾਂ ਪੈਸੇ ਇਨਵੈਸਟ ਕਰਾ ਲਈਏ ਤਾਂ ਕਿ ਆਪਾਂ ਨੂੰ ਕਰ ਲਈਏ ਉਹਨਾਂ ਨੂੰ ਕੁਝ ਵੀ ਕਿਹਾ ਜਾਵੇ ਉਹਨਾਂ ਨੂੰ ਪੈਸੇ ਵਿਖਾਏ ਜਾਣ ਗਲੈਮਰ ਵਿਖਾਇਆ ਜਾਵੇ ਕੁਛ ਵੀ ਵਿਖਾਇਆ ਜਾਵੇ ਕਿਉਂਕਿ ਕੰਮ ਹੀ ਸਿਰਫ ਇਹ ਆ ਕਿ ਲੋਕਾਂ ਦੇ ਪੈਸੇ ਲਾਓ ਆਹ ਪੈਸ਼ ਕਰੋ ਅਤੇ ਨਿਕਲੋ ਉਹ ਮੇਨ ਗੱਲ ਇਹ ਆ ਅਨਇੰਪਲੋਇਮੈਂਟ ਕਿੰਨੀ ਵੱਧ ਗਈ ਹੈ ਮੈਨੂੰ ਇਸ ਹਿਸਾਬ ਮੈਂ ਹੁਣ ਇੱਥੇ ਲਾਇਆ ਕਿਉਂਕਿ ਅਨਇੰਪਲੋਇਮੈਂਟ ਨਹੀਂ ਕਹਿ ਸਕਦਾ ਮੈਨੂੰ ਲੱਗਦਾ ਕੋਈ ਇੱਕ ਬੰਦਾ ਜਿਹੜਾ ਬੇਵਕੂਫ ਬਣਾਉਂਦਾ ਉਹਦੇ ਕਰਕੇ ਨਾ 200 ਬੰਦੇ ਨੂੰ ਰੁਜ਼ਗਾਰ ਮਿਲ ਜਾਂਦਾ ਮੈਨੂੰ ਉਹਦਾ ਜ਼ਿਆਦਾ ਫਿਕਰ ਨਹੀਂ ਆ ਜਿਹੜਾ ਉਹ ਜਿਹੜਾ ਗਲੈਮਰ ਵੇਖ ਕੇ ਆਇਆ ਮੈਨੂੰ ਇਹ ਲੱਗਦਾ ਵੀ ਜਿਹੜੇ ਵਿਚਾਰੇ ਸਪੋਟ ਬੋਏ ਆ ਜਿਹੜੇ ਲਾਈਟ ਵਾਲੇ ਆ ਜਿਹੜੇ ਬਾਕੀ ਆ ਗੱਡੀਆਂ ਵਾਲੇ ਆ ਫੂਡ ਵਾਲੇ ਆ ਇਹਨਾਂ ਨੂੰ ਚਲੋ ਰੋਜ਼ਗਾਰ ਇਹਨਾਂ ਨੂੰ ਰੋਜ਼ਗਾਰ ਤਾਂ ਮਿਲਦਾ ਨਾ ਠੀਕ ਆ ਉਹਦੇ 'ਤੇ ਐਕਸਟਰਾ ਪਏ ਆ ਉਹਦੇ ਸੋਚ ਕੇ ਆਇਆ ਵੀ ਕੋਈ ਗੱਲ ਨਹੀਂ ਡਾ ਦੇਣੇ ਆ ਹੈ ਨਾ ਕਿਉਂਕਿ ਉਹ ਆਇਆ ਇਸ ਹਿਸਾਬ ਨਾਲ ਆ ਉਹਨੂੰ ਜਾਣ ਲੱਗਾ ਹੋਣਾ ਵੀ ਮੈਂ ਰਾਤੋਂ ਰਾਤ ਦੂਣੇ ਕਰਨੇ ਆ ਹੈ ਨਾ ਅਤੇ ਜਾਂ ਹੋਣਾ ਵੀ ਚੱਲ ਕੋਈ ਨਹੀਂ ਇੰਨੇ ਕੋਟ ਵੀ ਜਾਣਾ ਵੀ ਕੋਈ ਨਹੀਂ ਠੀਕ ਹੈ ਯਾਰ ਦੁਨੀਆ ਵਧੀਆ ਨਾ ਬਣ ਜੂਗਾ ਕੋਈ ਨਹੀਂ ਇਸ ਕਰਕੇ ਮੈਨੂੰ ਉਹਨਾਂ ਦਾ ਕੋਈ ਜ਼ਿਆਦਾ ਮਸਲਾ ਨਹੀਂ ਮੈਨੂੰ ਇਹ ਇਸ ਗੱਲ ਦੀ ਜ਼ਿਆਦਾ ਖੁਸ਼ੀ ਹੁੰਦੀ ਕਿ ਯਾਰ ਉਹ ਵਿਚਾਰੇ ਜਿਹੜੇ ਮਿਹਨਤ ਕਰਨ ਵਾਲੇ ਬੰਦੇ ਜਿਨ੍ਹਾਂ ਨੂੰ ਐਕਚੁਅਲੀ ਪੈਸੇ ਮਿਲਣੇ ਚਾਹੀਦੇ ਆ ਉਹਨਾਂ ਦਾ ਰੋਜ਼ਗਾਰ 'ਤੇ ਚੱਲਦਾ ਨਾ ਅੱਛਾ ਤੁਸੀਂ ਕਿਹਾ ਕਿ ਹੁਣ ਬਹੁਤ ਛੋਟੀ ਜਿਹੀ ਇੰਡਸਟਰੀ ਹੈ ਡਿਸਟ੍ਰੀਬਿਊਸ਼ਨ ਦੀ ਖਾਸ ਕਰਕੇ ਥੋੜ੍ਹੀ ਛੋਟੀ ਜਗ੍ਹਾ ਡਿਸਟ੍ਰੀਬਿਊਸ਼ਨ ਵਾਲੀ ਇੰਡਸਟਰੀ ਹੈ 10-15-20-25 ਲੋਕਾਂ ਦੀ ਆਈ ਰਿਕੁਐਸਟ ਯੂ ਐਂਡ ਐਵਰੀਬਡੀ ਕਿ ਪਲੀਜ਼ ਆਪਾਂ ਇਹਦਾ ਕੋਈ ਹੀਲਾ ਵਸੀਲਾ ਹੋਣਾ ਚਾਹੀਦਾ ਮੈਂ ਨਾਂ ਨਹੀਂ ਲੈ ਰਿਹਾ ਜਦੋਂ ਕਿਤੇ ਬਾਈ ਚਾਂਸ ਮੈਨੂੰ ਲੱਗਦਾ ਮੇਰੀ ਇੰਟਰਵਿਊ ਤੋਂ ਬਾਅਦ ਸ਼ਾਇਦ ਉਹ ਮੇਰੇ ਨਾਲ ਗੱਲ ਕਰਨਗੇ ਜਾਂ ਮੇਰੇ ਬਾਰੇ ਸੋਸ਼ਲ ਮੀਡੀਆ 'ਤੇ ਮੇਰੇ ਉਲਟ ਬੋਲਣਗੇ ਕੁਛ ਨਾ ਕੁਛ ਕਰਨਗੇ ਕਿਉਂਕਿ ਓਬਵੀਅਸ ਆ ਜਿਨ੍ਹਾਂ ਨੂੰ ਹੁਣ ਮੈਂ ਸੋਚ ਰਿਹਾ ਮੈਂ ਨਹੀਂ ਨਾਂ ਜਾਣਦਾ ਉਹ ਫਿਰ ਮੈਨੂੰ ਹੁਣ ਦੱਸਣਗੇ ਕਿ ਤੈਨੂੰ ਦੱਸਦੇ ਹੀ ਕੌਣ ਆ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਔਰ ਮੇਰੀ ਰਿਕੁਐਸਟ ਹੈ ਪਲੀਜ਼ ਮੈਨੂੰ ਵੀ ਦੱਸ ਦਿਓ ਮੈਂ ਵੀ ਕਿਉਂਕਿ ਮੈਂ ਡਾਕੂਮੈਂਟੇਸ਼ਨ ਕਰ ਰਹੀ ਹਾਂ ਨਾ ਮੈਨੂੰ ਨਾਂ ਮਿਲਦੇ ਨਹੀਂ ਪਏ ਉਹਨਾਂ ਲੋਕਾਂ ਪਰ ਇਹ ਗੱਲ ਹੈ ਜੇ ਉਹਨਾਂ 'ਚੋਂ ਹੁਣ ਇੱਕ ਮੇਨ ਬੰਦੇ ਨੇ ਇੱਕ ਫਿਗਰ ਪਾ ਦਿੱਤੀ ਇੱਦਾਂ ਦੀ ਟੋਟਲੀ ਮਿਸਗਾਈਡ ਕਰਕੇ ਲੋਕਾਂ ਨੂੰ 100% ਮਿਸਗਾਈਡ ਕਰਕੇ ਫਿਰ ਉਹ ਬੰਦੇ ਇਹ ਨਹੀਂ ਕਹਿ ਸਕਦੇ ਕਿ ਅਸੀਂ ਲੋਕਾਂ ਨੂੰ ਗਾਈਡ ਕਰਨਾ ਸਟੇਟਮੈਂਟ ਨਾ ਦਿਓ ਇੱਕ ਐਸੋਸੀਏਸ਼ਨ ਬਣੀ ਆ ਠੀਕ ਹੈ ਕੰਮ ਚੱਲਦਾ ਕਿਸੇ ਦੇ ਉਲਟ ਬਣੀ ਆ ਫਿਰ ਆਪਾਂ ਇਹ ਕਹਿ ਸਕਦੇ ਵੀ ਇਹ ਡਿਸਟ੍ਰੀਬਿਊਟਰਾਂ ਦੀ ਉਲਟ ਬਣੀ ਆ ਜਾਂ ਇਹ ਆਰਟਿਸਟਾਂ ਦੀ ਉਲਟ ਬਣੀ ਆ ਉਹਨਾਂ ਦੇ ਖਿਲਾਫ਼ ਖੜਾ ਹੋਣ ਵਾਸਤੇ ਇੱਕ ਮੋਰਚਾ ਆਪਾਂ ਇੱਦਾਂ ਦੀ ਗੱਲ ਕਰ ਸਕਦੇ ਹਾਂ ਠੀਕ ਹੈ ਗਾਈਡ ਕਰਨਾ ਇੱਕ ਹੋਰ ਚੀਜ਼ ਹੋ ਜਾਂਦੀ ਹੈ ਅਵੇਅਰ ਕਰਨਾ ਹੀ ਉਹਨਾਂ ਨੂੰ ਕਰਨਾ ਪਰ ਜੇ ਆਪਾਂ ਖੁਦ ਗਲਤੀਆਂ ਕਰ ਰਹੇ ਹਾਂ ਮੈਂ ਗੇਨ ਕਰਦਾ ਕਿ ਉਹ ਸਾਨੂੰ ਰੀਪ੍ਰਜੈਂਟ ਕਰ ਰਿਹਾ ਇਸ ਵੇਲੇ ਹੈ ਨਾ ਪਰ ਜੇ ਸਾਡਾ ਰਹਿਨੁਮਾ ਜਿਹੜਾ ਵਾ ਉਹੀ ਗਲਤੀਆਂ ਕਰੂਗਾ ਤਾਂ ਸਾਨੂੰ ਤਕਲੀਫ ਤਾਂ ਥੋੜ੍ਹੀ ਜਿਹੀ ਆਊਗੀ ਰਾਈਟ ਔਰ ਉਹਨਾਂ ਨੂੰ ਇਹ ਵੀ ਪਤਾ ਨਹੀਂ ਕਿਉਂ ਨਹੀਂ ਲੱਗਦਾ ਕਿ ਯਾਰ ਇੰਡਸਟਰੀ ਨੂੰ ਪਤਾ ਵਾ ਸਾਰੀ ਗੱਲ ਦਾ ਤੁਸੀਂ ਫਿਰ ਵੀ ਕਰ ਰਹੇ ਪਰ ਅਗੇਨ ਗੱਲ ਫਿਰ ਉਹੀ ਆ ਮਸਲਾ ਇੰਡਸਟਰੀ ਦਾ ਰਹਿ ਹੀ ਨਹੀਂ ਜਾਂਦਾ ਨਾ ਮਸਲਾ ਤਾਂ ਇਹ ਆ ਵੀ ਜਿਹੜੇ 4 ਰਿਸ਼ਤੇਦਾਰ ਬਾਕੀ ਬਚੇ ਸ਼ੋਸ਼ਾ ਨਾਟ ਸ਼ੋਸ਼ਾ ਉਹਨਾਂ 'ਚ ਜਿਹੜਾ ਟੌਰ ਕੱਢਣੀ ਮਸਲਾ ਉਹਨਾਂ 'ਚ ਟੌਰ ਦੇ ਨਾਲ ਨਾਲ ਜਿਹੜੇ 4 ਰਿਸ਼ਤੇਦਾਰ ਬਚੇ ਆ ਉਹਨਾਂ ਕੋਲੋਂ 50-50 ਲੱਖ ਜਾਂ ਕਰੋੜ ਰੁਪਈਆ ਕਿੱਦਾਂ ਲੈਣਾ ਹੈ ਨਾ ਉਹ ਇਕੱਠੇ ਕਰਕੇ ਤਾਂ ਫਿਲਮ ਕਿੱਦਾਂ ਬਣਾਉਣੀ ਆ ਵੀ ਐਸੋਸੀਏਸ਼ਨ ਬਣਾਉਣੀ ਤਾਂ ਬਹੁਤ ਜ਼ਿਆਦਾ ਵਧੀਆ ਉਹਨਾਂ ਦੀ ਐਫਰਟ ਮੈਂ ਗੇਨ ਕਹਿੰਦਾ ਕਿ ਬਹੁਤ ਵਧੀਆ ਐਫਰਟ ਹੈ ਉਹਨਾਂ ਦੇ ਮਤਲਬ ਉਹਨਾਂ ਨੇ ਇੰਨਾ ਟਾਈਮ ਕੱਢ ਰਹੇ ਉਹ ਹੈ ਨਾ ਕਿਉਂਕਿ ਮੀਟਿੰਗ 'ਚ ਜਾਣਾ ਜਾ ਕੇ ਬਹਿਣਾ ਉੱਥੇ ਤੁਸੀਂ ਮੈਨੂੰ ਦਿਖਾਇਆ ਕਿ ਉਹ ਉਹਨਾਂ ਨੇ ਸਰਟੀਫਿਕੇਟ ਕੱਢਿਆ ਐਫੀਡੈਵਿਟ ਕੱਢਿਆ ਅਤੇ ਇਹ ਉਹ ਐਫਰਟ ਕਰ ਰਹੇ ਨੇ ਉਹ ਇੱਕ ਪੰਜਾਬੀ ਸਿਨੇਮੇ ਵਾਸਤੇ ਇੱਕ ਐਫਰਟ ਕਰ ਰਹੇ ਨੇ ਇਹ ਕੱਲ੍ਹ ਨੂੰ ਇਤਿਹਾਸ 'ਚ ਉਹਨਾਂ ਦਾ ਨਾਂ ਲਿਖਿਆ ਜਾਣਾ ਪਰ ਜੇ ਹੁਣ ਰਿਕਾਰਡ ਦੇ ਵਿੱਚ ਇਹ ਵੀ ਗੱਲ ਆ ਗਈ ਕਿ ਇਸ ਐਸੋਸੀਏਸ਼ਨ ਦਾ ਆਹ ਮੈਂਬਰ ਜਾਂ ਆਹ ਪ੍ਰਧਾਨ ਜਾਂ ਆਹ ਸਕੱਤਰ ਜਾਂ ਆਹ ਵਾਈਸ ਜਾਂ ਕੋਈ ਵੀ ਉਹਦਾ ਲੀਗਲ ਕੋਈ ਵੀ ਇਸ ਬੰਦੇ ਨੇ ਆਹ ਫਿਲਮ ਦੀ ਫਿਗਰ ਆਹ ਪਾਈ ਸੀ ਉਸ ਟਾਈਮ
ਰਾਈਟ ਇਟ ਮੀਨਸ ਫਿਰ ਆਪਾਂ ਲੋਕਾਂ ਨੂੰ ਮਿਸਗਾਈਡ ਕਰਨ ਵਾਸਤੇ ਕੀਤਾ, ਸਿਰਫ ਆਪਾਂ ਵਿਜ਼ਿਟਿੰਗ ਕਾਰਡ ਹੀ ਬਣਾਇਆ ਇੱਕ ਕਿ ਆਈ ਐਮ ਫਲਾਣਾ ਆ ਜੀ ਮੇਰੇ ਨਾਲ ਗੱਲ ਕਰੋ, ਹੈ ਨਾ? ਇੱਕ ਪਾਥ ਹੀ ਇੱਕ ਤਰੀਕੇ ਦੇ ਨਾਲ ਜਿਹੜੀ ਤੁਸੀਂ ਗੱਲ ਕਰੋ ਫਿਗਰ ਦੀ, ਹੁਣ ਉਹ ਕਿਹੜਾ ਮੀਡੀਆ ਬੋਲੂਗਾ? ਉਹ ਕੋਈ ਮੀਡੀਆ ਨਹੀਂ ਬੋਲੂਗਾ। 5-5 ਹਜ਼ਾਰ ਦੇ ਵਿੱਚ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੈ, ਕੱਲ੍ਹ ਨੂੰ ਜੇ ਮੈਂ ਕਿਤਾਬ ਲਿਖੀ ਕਿਤੇ ਜਾਂ ਮੈਂ ਕਦੀ ਕਾਮਯਾਬ ਹੋਈ ਇਸ ਮਸਲੇ ਦੇ ਵਿੱਚ, ਮੈਂ ਬਕਾਇਦਾ ਨਾਮ ਦੱਸ ਸਕਦੀ ਕਿ 5-5 ਹਜ਼ਾਰ ਦੇ ਉੱਤੇ ਐਸੇ। ਆਈ ਹੋਪ ਕਿ ਇਸ ਦੇ ਬਾਰੇ ਚਰਚਾ ਹੋਵੇ, ਇਹ ਅਵੇਅਰਨੈਸ ਬਾਰੇ। ਲੁੱਟ ਖੋ ਜਿੱਥੇ ਹੁੰਦੀ ਹੈ ਨਾ ਸ਼ਰੇਆਮ, ਇਹ ਚੁੱਪ ਚਪੀਤੇ ਲੁੱਟ ਖੋ ਹੁੰਦੀ ਹੈ। ਸੋ ਆਈ ਵਾਂਟ ਇਸ ਦੇ ਬਾਰੇ ਗੱਲ ਹੋਵੇ। ਸਾਰੇ ਨਹੀਂ ਹੋਣਗੇ ਮੈਨੂੰ ਲੱਗਦਾ 5-star ਵਾਲੇ, ਕੁਛ ਜੈਨੂਅਨ ਵੀ ਹੋਣਗੇ ਵਿੱਚ ਉਹਨਾਂ ਦੇ, ਇੱਦਾਂ ਨਹੀਂ ਆ। ਹਾਲੇ ਕਿ ਮੈਨੂੰ ਵੀ ਕਦੀ ਕਦੀ ਲੱਗਦਾ ਹੁੰਦਾ ਵੀ ਕਈ ਵਿੱਚ ਇੱਦਾਂ ਦੇ ਹੁੰਦੇ ਆ ਕਿ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕੁਐਸਚਨ ਕੀ ਕਰਨੇ ਆ ਔਰ ਕਿੱਦਾਂ ਕਰਨੇ ਆ, ਕਿਹੜੀ ਗੱਲ ਕਰਨੀ ਆ। ਪਰ ਅਗੇਨ ਚੰਗੇ ਮਾੜੇ ਪ੍ਰੋਫੈਸ਼ਨਲ ਅਨਪ੍ਰੋਫੈਸ਼ਨਲ, ਹੈ ਨਾ, ਲੋਕ ਤਾਂ ਹਰ ਇੰਡਸਟਰੀ 'ਚ ਹੈਗੇ ਆ, ਹੈ ਨਾ। ਇਸ ਕਰਕੇ ਲੱਗਦਾ ਉਹ ਜਿਹੜੇ 5-star ਦੀ ਤੁਸੀਂ ਗੱਲ ਕਰਦੇ ਹੋ ਹਰ ਜਗ੍ਹਾ 'ਤੇ, ਉਹ ਕੁਛ ਜੈਨੂਅਨ ਵੀ ਹੈਗੇ ਆ ਜਿਹੜੇ ਠੀਕ ਰਿਵਿਊ ਦਿੰਦੇ ਆ, ਜਿਹੜੇ ਠੀਕ ਗੱਲ ਕਰ ਦਿੰਦੇ ਆ ਜਾਂ ਕੁਛ ਹੈਗੇ ਆ। ਔਰ ਨੋ ਡਾਊਟ, ਚਲੋ ਸ਼ੋਬਿਜ਼ ਦਾ ਪਾਰਟ ਨੇ ਉਹ ਵੀ, ਅਤੇ ਕੁਛ ਚੀਜ਼ਾਂ ਤਾਂ ਫਿਰ ਕਰਨੀਆਂ ਪੈਂਦੀਆਂ ਕੁਛ, ਹੈ ਨਾ, ਇਹ ਕਰਨ ਵਾਸਤੇ। ਹਰ ਜਗ੍ਹਾ ਆਪਾਂ ਜਿੱਦਾਂ ਹੁਣ ਥੋੜ੍ਹੀ ਦੇਰ ਪਹਿਲਾਂ ਆਪਾਂ ਇਹਦੇ ਬਾਰੇ ਗੱਲ ਕੀਤੀ ਕਿ ਹਰ ਸੈਕਟਰ 'ਚ ਇਹੋ ਜਿਹੇ ਲੋਕ ਹੁੰਦੇ ਆ, ਸ਼ੋਹਰਤ ਮਸ਼ਹੂਰ ਹੋਣਾ ਅਤੇ ਕਾਮਯਾਬ ਹੋਣ 'ਚ ਬਹੁਤ ਡਿਫਰੈਂਸ ਆ। ਲੋਕ ਕਾਮਯਾਬ ਨਹੀਂ ਹੋਣਾ ਚਾਹੁੰਦੇ, ਲੋਕ ਇੰਸਟੈਂਟ ਮੈਗੀ ਵਾਂਗ ਬਸ ਅੱਜ ਦੀ ਸ਼ੋਹਰਤ, ਅੱਜ ਚਰਚਾ 'ਚ ਆ ਜਾਈਏ। ਮੈਨੂੰ ਬਹੁਤ ਮਾੜਾ ਲੱਗਦਾ ਕਿ ਜਿਹੜੇ ਚੈਨਲਸ ਵੀ ਭੈੜੀਆਂ ਜਾਂ ਫਿਰ ਇਹੋ ਜਿਹੀ ਸ਼ਬਦਾਵਲੀ ਇਸਤੇਮਾਲ ਕਰਕੇ ਨਾ ਆਪਣੇ ਆਪ ਨੂੰ ਜਰਨਲਿਸਟ ਕਹਿੰਦੇ ਆ, ਮੈਨੂੰ ਉਹੀ ਜਦੋਂ ਕਮਿਊਨਿਟੀ ਦੀ ਗੱਲ ਆਉਂਦੀ ਨਾ, ਮੈਨੂੰ ਉਸ ਕਮਿਊਨਿਟੀ 'ਚ ਆ ਕੇ ਬੜਾ ਹੀ ਫੀਲ ਹੁੰਦਾ, ਚਾਹੇ ਮੈਂ ਫਾਰਮਰ ਹੀ ਕਿਉਂ ਨਾ ਹੋਵਾਂ। ਇਸ ਗੱਲ ਉੱਤੇ ਵੀ ਬਹੁਤ ਚੀਜ਼ ਡਿਪੈਂਡ ਕਰਦੀ ਹੈ ਕਿ ਉਹ ਬੰਦਾ ਕੌਣ ਕਹਿ ਰਿਹਾ। ਫਿਰ ਉਹ ਗੱਲ ਆ ਗਈ ਨਾ, ਜਿਹੜੇ ਲੋਕ ਇਹ ਗੱਲ ਕਹਿੰਦੇ ਆ ਨਾ, ਦੇ ਡੋਂਟ ਹੈਵ ਅਥੋਰਿਟੀ। ਤੁਸੀਂ ਇਹ ਗੱਲ ਹੁਣ ਕਹੀ ਤਾਂ ਮੈਂ ਇਸ ਗੱਲ ਨੂੰ ਕੰਟੀਨਿਊ ਕਰਨਾ ਚਾਹੁੰਦੀ, ਜਿਹੜੀ ਐਸੋਸੀਏਸ਼ਨ ਬਣੀ ਆ ਉਹ ਐਸੋਸੀਏਸ਼ਨ ਬਣ ਗਈ ਆ, ਪਰ ਹੂ ਆਰ ਦੇ? ਫਿਰ ਉਹ ਗੱਲ, ਮੈਂ ਅਮੀਰਨ ਵਰਲਡ ਖੋਲ੍ਹ ਲਿਆ, ਹੂ ਆਈ ਐਮ? ਹੁਣ ਸਾਡੇ 'ਤੇ ਕੋਈ ਵੀ ਜਿਹੜਾ ਬੰਦਾ ਨਵਾਂ, ਜਿਵੇਂ ਕਿਸੇ ਮੈਂ ਹੀਰੋਇਨ ਅਪਰੋਚ ਕਰਦੀ ਹਾਂ, ਉਹਨੂੰ ਨਹੀਂ ਪਤਾ ਮੈਂ ਕੌਣ ਹੈ, ਕਿਉਂਕਿ ਉਹ ਆਪ ਵੀ ਨਵੀਂ ਆਈ ਹੈ। ਸੋ ਉਹਨੂੰ ਮੈਂ ਦੱਸਦੀ ਹਾਂ ਕਿ ਜੀ ਮੇਰਾ ਆਹ ਬੈਕਗਰਾਊਂਡ ਆ, ਮੈਂ 4-5 ਸਾਲ ਪਹਿਲਾਂ ਇਸ ਚੈਨਲ ਦੇ ਥਰੂ ਤੁਹਾਡੇ ਨਾਲ ਇੰਟਰਵਿਊ ਕੀਤਾ ਸੀਗਾ, ਤੁਹਾਡਾ ਇਹ ਕਹਿਣਾ ਸੀ ਉਸ ਮਸਲੇ 'ਤੇ ਸਿਨੇਮਾ ਬਾਰੇ, ਹੁਣ ਕੀ ਕਹਿਣਾ ਹੈ ਦੱਸੋ। ਉਹ ਅਗਲਾ ਮੇਰੇ ਨਾਲ ਜੇ ਸਮਝਦਾਰ ਹੁੰਦਾ, ਜਿਹਨੂੰ ਅਗਲੇ ਨੂੰ ਅਗਰ ਸਿਰਫ ਗੇਮ ਨਹੀਂ ਖੇਡਣੀ ਹੁੰਦੀ ਜਾ ਕੇ, ਹਾਂ ਹੀ ਨਹੀਂ ਕਰਨੀ ਕਿ ਤੁਸੀਂ ਬਿਊਟੀ ਹੋ, ਤਾਂ ਉਹ ਬੰਦਾ ਜ਼ਰੂਰ ਇੱਥੇ ਆਉਂਦਾ ਹੈ। ਸੋ ਇਹ ਡਿਪੈਂਡ ਕਰਦਾ ਕੌਣ ਬੰਦਾ ਕੀ ਕਰਨਾ ਚਾਹੁੰਦਾ ਹੈ। ਮੈਕਸੀਮਮ ਲੋਕ ਚੁੱਪ ਰਹਿਣਾ ਪਸੰਦ ਕਰਦੇ ਨੇ, ਉਹਨਾਂ ਨੂੰ ਇਹ ਡਰ ਲੱਗਦਾ ਕਿ ਅਸੀਂ ਕਿਸੇ ਪੰਗੇ 'ਚ ਨਾ ਪੈ ਜਾਈਏ। ਪਰ ਮੈਨੂੰ ਲੱਗਦਾ ਆ, ਔਰ ਜਿਹੜਾ ਸ਼ੋਅ ਆਪਾਂ ਸਟਾਰਟ ਕੀਤਾ ਆ, ਜੋ ਮੇਰਾ ਇੰਡੀਵਿਜੁਅਲ ਐਫਰਟ ਮੈਂ ਸਟਾਰਟ ਕੀਤਾ, ਉਹ ਇਹ ਆ ਕਿ ਚੁੱਪ ਰਹਿਣਾ ਸਭ ਤੋਂ ਜ਼ਿਆਦਾ ਖਤਰਨਾਕ ਆ। ਇਹ ਚੁੱਪ ਰਹਿਣ ਦੇ ਚੱਕਰ 'ਚ ਮੈਂ ਹੁਣੇ ਕਹਿ ਕੇ ਹਟੀ ਹਾਂ ਕਿ ਸਰਕਾਰ ਬਣ ਗਈ ਸਾਡੀ, ਐਂਡ ਵੀ ਆਲ ਆਰ ਇਨ ਦਾ ਕ੍ਰਾਈਸਿਸ, ਸੇਮ ਚੀਜ਼ ਵੀ ਹੈਵ ਦਿਸ ਇੰਡਸਟਰੀ। ਮੈਨੂੰ ਲੱਗਦਾ ਕਿ ਸਾਡੀ ਓਵਰਆਲ ਹੀ ਇੱਕ ਜਿਹੜਾ ਮਿਆਰ ਹੈ ਨਾ, ਉਹ ਡਿੱਗ ਗਿਆ। ਪਹਿਲੋਂ ਜਿਵੇਂ ਨਾ ਇੱਕ ਜਦੋਂ ਛੋਟੇ ਹੁੰਦੇ ਸੀ, ਕਿਸੇ ਦੇ ਵਿਆਹ ਵਾਲੇ ਵੀਡੀਓ ਕੈਸੈਟ ਲਾ ਕੇ ਉਹਨੂੰ ਫਾਸਟ ਫਾਰਵਰਡ ਕਰਕੇ ਅਤੇ ਉਹ ਫੇਰੇ ਕਰਕੇ ਭੱਜਦੇ ਹੁੰਦੇ ਸੀ, ਉਹ ਤਾਂ ਹੱਸਦੇ ਹੁੰਦੇ ਸੀ। ਸਾਡਾ ਲੈਵਲ ਫਿਰ ਉੱਦਾਂ ਦਾ ਆ ਗਿਆ। ਮੈਂ ਉਹ ਸਿਰਫ ਐਗਜ਼ਾਮਪਲ ਦਿੱਤੀ ਆ ਉਹਦੀ ਫਾਸਟ ਫਾਰਵਰਡ ਕਰਕੇ ਭੱਜਣ ਵਾਲੀ, ਮਤਲਬ ਲੈਵਲ ਇੰਨਾ ਹੀ ਆ। ਉਹਦਾ ਰੀਜ਼ਨ ਇਹ ਆ ਕਿ ਸਾਨੂੰ ਐਜੂਕੇਟ ਹੀ ਨਹੀਂ ਕੀਤਾ ਜਾ ਰਿਹਾ, ਸਾਨੂੰ ਡਿਗਰੀਆਂ ਫੜਾਈਆਂ ਜਾ ਰਹੀਆਂ ਹੱਥਾਂ 'ਚ, ਨਿਆਣਿਆਂ ਨੂੰ ਐਜੂਕੇਟ ਕੀਤਾ ਹੀ ਨਹੀਂ ਜਾ ਰਿਹਾ। ਐਜੂਕੇਸ਼ਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਕੁਛ ਨਹੀਂ ਇੱਦਾਂ ਦਾ ਹੋ ਰਿਹਾ। ਉਹਨਾਂ ਦਾ ਲੈਵਲ ਵਧੇ, ਆਪਾਂ ਇੱਕ ਹਿਸਾਬ ਨਾਲ ਉਹਨਾਂ ਨੇ ਹੱਥਾਂ ਦੇ ਵਿੱਚ ਆ ਇਸ ਵੇਲੇ, ਔਰ ਜੋ ਵੀ ਚੀਜ਼ ਬੰਦਾ ਦੇਖਦਾ ਰਹਿੰਦਾ, ਕਿਤੇ ਨਾ ਕਿਤੇ ਉਹਦਾ ਜਿਹੜਾ ਮਤਲਬ ਡਿਸੀਜ਼ਨ ਆ ਉਸ ਬੰਦੇ ਨੂੰ ਉੱਦਾਂ ਦਾ ਹੋ ਜਾਂਦਾ, ਉਹਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਉਹ, ਹੈ ਨਾ। ਇਸ ਕਰਕੇ ਓਵਰਆਲ ਜਿਹੜਾ ਮਿਆਰ ਹੈ ਨਾ ਪ੍ਰਿਤਪਾਲ, ਮੈਨੂੰ ਲੱਗਦਾ ਉਹੀ ਗਿਰ ਗਿਆ। ਔਰ ਜਿੰਨਾ ਚਿਰ ਅਗੇਨ ਉਹੀ ਗੱਲ, ਜੇ ਬੁੱਕਸ ਨਹੀਂ ਪੜ੍ਹਨਗੇ ਤਾਂ ਲਿਖਣ ਵਾਲੇ ਵੀ ਨਹੀਂ ਚੰਗੇ ਹੋਣਗੇ, ਹੈ ਨਾ। ਹੁਣ ਲਿਖਣ ਵਾਲੇ ਵੀ ਉੱਦਾਂ ਦੇ ਆ, ਅਤੇ ਕੁਝ 2-4 ਅੱਜ ਕੱਲ੍ਹ ਹਰ ਕੋਈ ਲਿਖ ਰਿਹਾ ਪਰ ਪੜ੍ਹ ਕੋਈ ਨਹੀਂ ਰਿਹਾ, ਹਰ ਕੋਈ ਲਿਖ ਰਿਹਾ, ਉਹਨਾਂ ਲਿਖਣ ਵਾਲਿਆਂ ਦੀ ਗੱਲ ਨਹੀਂ ਕਰ ਰਿਹਾ। ਪਰ ਹੁਣ ਮੈਂ ਚਾਹੁੰਦੀ ਹਾਂ ਕਿ ਮੈਂ ਉਹਨਾਂ ਦੀ ਗੱਲ, ਉਹੀ ਮੁੜ ਕੇ ਗੱਲ ਆਉਂਦੀ ਕਿ ਆਈ ਰੀਅਲੀ ਵਾਂਟ ਕਿ ਗੱਲ ਅਵੇਅਰਨੈਸ ਹੋਵੇ, ਸਮਝ ਆਵੇ ਕਿ ਭਰਾ ਤੂੰ ਲਿਖਾਰੀ ਨਹੀਂ ਆ, ਦਿਲ ਅਤੇ ਮਿਲ ਕਰਕੇ ਜੋੜਤਾ ਅਤੇ ਮੈਂ ਲਿਖਾਰੀ, ਇਹ ਨਹੀਂ ਆ। ਆਪਾਂ ਅੱਗੇ ਗੱਲ ਕੀਤੀ ਸੀ ਉਹਨਾਂ ਦੀ, ਆਪਣੇ ਜਿਹੜੇ ਭਰਾ ਜਿਹਨਾਂ ਐਸੋਸੀਏਸ਼ਨ ਬਣਾਈ ਆ, ਜਾਂ ਆਰਟਿਸਟਾਂ ਦੀ ਹੋਊਗੀ, ਜਾਂ ਤੁਹਾਡੀ ਜਿਹੜਾ ਡਿਪਾਰਟਮੈਂਟ ਉਹ 'ਚ ਹੋਊਗੀ, ਜਾਂ ਮਿਊਜ਼ਿਕ ਦੇ ਵਿੱਚ ਹੋਊਗੀ, ਸੁਣਨ ਵਾਲਿਆਂ ਦੇ ਵਿੱਚ ਵੀ ਹੋਊਗੀ, ਸਾਰਿਆਂ 'ਤੇ ਇਹੀ ਗੱਲ ਇਹ ਢੁੱਕਦੀ ਆ ਕਿ ਤੁਹਾਨੂੰ ਇੱਕ ਤੁਹਾਡਾ ਲੈਵਲ ਐਗਜ਼ੈਕਟਲੀ ਇੱਕ ਮੇਨਟੇਨ ਕਰਕੇ ਰੱਖਣਾ ਪੈਣਾ ਨਾ।
ਤੁਸੀਂ ਜੇ ਕਿਸੇ ਇੱਕ ਚੀਜ਼ ਨੂੰ ਰੀਪ੍ਰਜੈਂਟ ਕਰਦੇ ਹੋ ਤਾਂ ਤੁਹਾਡਾ ਇੱਕ ਲੈਵਲ ਤੁਸੀਂ ਆਮ ਲੋਕਾਂ ਨੂੰ ਤਾਂ ਥੋੜ੍ਹਾ ਜਿਹਾ ਵੱਧ ਸੋਚਦੇ ਹੋਗੇ ਨਾ, ਅਤੇ ਜੇ ਤੁਸੀਂ ਆਮ ਲੋਕਾਂ ਤੋਂ ਵੀ ਹੇਠਾਂ ਸੋਚਦੇ ਹੋ ਹੈ ਨਾ, ਅਤੇ ਫਿਰ ਉਹਦਾ ਉਹ ਕਰਨ ਦਾ ਉਹ ਤਾਂ ਫਿਰ ਇਹੀ ਹੈ ਨਾ ਵੀ ਵਿੱਚ ਕਰੀ ਜਾਓ, ਫਿਰ ਉਹੋ ਜਿਹੇ ਥਾਵਾਂ ਦੇ ਉੱਤੇ ਕਿਸੇ ਦਾ ਪਾਰਟ ਬਣਨਾ ਜਾਂ ਨਾ ਬਣਨਾ ਉਹ ਕੋਈ ਮੈਨਾ ਨਹੀਂ ਲਿਖਾਉਂਦਾ ਕੋਈ ਵੀ ਹੈ ਨਾ। ਹੁਣ ਤੁਸੀਂ ਗੱਲ ਕਰਦੇ ਸੀ ਅੱਗੇ ਆ ਅੰਬਰ ਦੀ ਗੱਲ ਕਰਦੇ ਸੀ ਨਾ ਕਿ ਮੈਂ ਪਿਛਲੇ 3 ਮਹੀਨਿਆਂ ਤੋਂ, ਹਾਂਜੀ ਚੱਲ ਮੇਰਾ ਪੁੱਤ, ਮੈਨੂੰ ਯਾਦ ਹੈ ਕਿ ਮੈਂ ਕਿਸੇ ਮਸਲੇ ਦੇ ਵਿੱਚ ਬੰਬੇ ਸੀਗੀ, ਮੈਨੂੰ ਪਤਾ ਲੱਗਾ ਕਿ ਉਹ ਉੱਥੇ ਹੀ ਨੇ, ਔਰ ਅਮਰਿੰਦਰ ਗਿੱਲ ਦਾ ਕਿਉਂਕਿ ਇੱਕ ਇੰਟਰਵਿਊ ਆਇਆ ਸੀ ਤਾਂ ਮੈਨੂੰ ਲੱਗਾ ਕਿ ਸ਼ਾਇਦ ਰਿਦਮ ਬੋਇਜ਼ ਕਰਦਾ ਹੋਊਗਾ। ਮੈਂ ਪਹਿਲੀ ਵਾਰੀ ਤੁਹਾਨੂੰ ਫੋਨ ਕੀਤਾ, ਤੁਸੀਂ ਕਿਹਾ ਕਿ ਨਹੀਂ ਹਾਲੇ ਪੋਸੀਬਲ ਨਹੀਂ ਹੈਗਾ। ਮੈਨੂੰ ਲੱਗਾ ਕਿ ਚਲੋ ਇਫ ਇਟਸ ਨੋਟ ਅਮਰਿੰਦਰ ਗਿੱਲ ਦੈਨ ਆਈ ਥੋਟ ਕਿ ਜੇ ਜ਼ਰੂਰੀ ਨਹੀਂ ਕਿ ਇੱਕ ਐਕਟਰ ਦੀ ਰਿਸਪੋਂਸੀਬਿਲਿਟੀ ਹੋਵੇ, ਹੋਰ ਡਿਪਾਰਟਮੈਂਟ ਹੈ। ਮੈਂ ਅੰਬਰ ਨੂੰ ਅਪਰੋਚ ਕਰਨਾ ਸ਼ੁਰੂ ਕੀਤਾ ਐਂਡ ਤੁਸੀਂ ਸੋਚੋ ਕਿ ਹੁਣ ਜੂਨ ਕਰਦੇ ਕਰਦੇ ਆਪਾਂ ਅਗਸਤ ਵਿੱਚ ਆ ਚੁੱਕੇ ਹਾਂ, ਸਤੰਬਰ 'ਚ ਆਪਾਂ ਆ ਜਾਣਾ, ਐਂਡ ਸਟਿਲ ਹੁਣ ਮੈਨੂੰ ਇਹ ਮਤਲਬ ਸਾਫ਼ ਉਹਨਾਂ ਵੱਲੋਂ ਆ ਚੁੱਕਾ ਹੈ ਕਿ ਮੇਰੀ ਫਿਲਮ ਸ਼ੁਰੂ ਹੋਣੀ ਆ, ਔਰ 70 ਤੋਂ 80 ਦਿਨ ਦੀ ਮੇਰੀ ਫਿਲਮ ਆ ਪ੍ਰਿਤਪਾਲ। ਮੈਂ ਮਤਲਬ ਮੇਰੇ ਲਈ ਫਿਲਮ ਪ੍ਰਾਇਓਰਟੀ ਆ, ਫਿਲਮ ਹੀ ਪ੍ਰਾਇਓਰਟੀ, ਐਕਚੁਅਲੀ ਫਿਲਮ ਪ੍ਰਾਇਓਰਟੀ ਫਿਲਮ ਹੀ ਪ੍ਰਾਇਓਰਟੀ ਆ, ਔਰ ਉਸ ਤੋਂ ਬਾਅਦ ਵੀ ਜੇ ਮੈਂ ਮੇਰੀ ਕੋਸ਼ਿਸ਼ ਸੀਗੀ ਕਿ ਮੈਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਸੀਂ ਡਾਕੂਮੈਂਟੇਸ਼ਨ ਕੀਤੀ ਜਾਵੇ, ਪਰ ਇਹ ਗੱਲ ਮੈਂ ਉਦੋਂ ਕਰਦੀ ਜਦੋਂ ਉਹ ਰਿਸਪੋਂਡ ਕਰਦੇ, ਉਹਨਾਂ ਨੇ ਸਾਫ਼ ਕਹਿ ਤਾ ਕਿ ਬਈ 70-80 ਦਿਨ ਤੋਂ ਬਾਅਦ ਵੇਖਾਂਗੇ। ਅੱਛਾ ਜੀ, ਹੁਣ ਦੀ ਗੱਲ ਕਰਦੇ ਫੋਰ ਐਗਜ਼ਾਮਪਲ, ਹੁਣ ਫਿਲਮ ਹੀ ਉਹਦੇ ਵਾਸਤੇ ਸਭ ਕੁਛ ਆ, ਬਿਲਕੁਲ। ਹੁਣ ਤੁਹਾਨੂੰ ਲੱਗਦਾ ਕਿ ਅੰਬਰ ਕਿਸੇ ਰਾਈਟਰ ਐਸੋਸੀਏਸ਼ਨ ਜਾਂ ਕਿਸੇ ਡਾਇਰੈਕਟਰ ਐਸੋਸੀਏਸ਼ਨ ਦਾ ਪਾਰਟ ਹੋਣਾ ਉਹਦੇ ਵਾਸਤੇ ਜ਼ਰੂਰੀ ਹੈ? ਨਹੀਂ, ਕਿਉਂਕਿ ਉਹਦੇ ਵਾਸਤੇ ਕੀ ਜ਼ਰੂਰੀ ਆ? ਕੰਮ। ਉਹਦੇ ਵਾਸਤੇ ਵਿਜ਼ਿਟਿੰਗ ਕਾਰਡ ਬਣਾਉਣਾ ਜ਼ਰੂਰੀ ਨਹੀਂ ਆ, ਉਹਦੇ ਬਾਅਦ ਦੱਸਣ ਦੀ ਲੋੜ ਨਹੀਂ ਕਿ ਮੈਂ ਅੰਬਰ ਆ, ਪ੍ਰੈਜ਼ੀਡੈਂਟ ਆਫ ਰਾਈਟਰ ਐਸੋਸੀਏਸ਼ਨ ਜਾਂ ਵਾਈਸ ਪ੍ਰੈਜ਼ੀਡੈਂਟ ਆਫ ਹੈ ਨਾ ਰਾਈਟਰ ਐਸੋਸੀਏਸ਼ਨ, ਉਹ ਸਿਰਫ ਇਹਨਾਂ ਦੱਸੂਗਾ ਆਈ ਐਮ ਅੰਬਰਦੀਪ, ਠੀਕ ਹੈ? ਕਿਉਂ? ਹਾਂ, ਕਿਉਂ? ਕਿਉਂਕਿ ਉਹਦਾ ਫਿਲਮ ਹੀ ਉਹਦੇ ਵਾਸਤੇ ਧਰਮ ਹੈ, ਫਿਲਮ ਹੀ ਉਹਦੇ ਵਾਸਤੇ ਸਭ ਕੁਛ ਆ, ਹੈ ਨਾ। ਸੋ ਆਈ ਹੋਪ ਕਿ ਐਜ਼ ਅ ਪ੍ਰੋਡਿਊਸਰ ਤਾਂ ਮੈਨੂੰ ਲੱਗਦਾ ਕਿ ਜਿੰਨੀਆਂ ਆਈ ਰੀਅਲੀ ਵਾਂਟ ਕਿ ਇਹਦੇ ਬਾਰੇ ਹੋਰ ਜਿਹੜਾ ਸਟਰੋਂਗ ਮੀਡੀਆ ਜਿਨ੍ਹਾਂ ਦੇ ਵਾਕਈ ਬੜੇ ਵਿਊਜ਼ ਆਉਂਦੇ ਆ, ਮਿਲੀਅਨ ਵਿਊਜ਼ ਆਉਂਦੇ ਆ ਜਿਨ੍ਹਾਂ ਦੇ, ਆਈ ਰਿਕੁਐਸਟ ਕਿ ਉਹ ਲੋਕ ਵੀ ਪ੍ਰੋਡਕਸ਼ਨ ਉੱਤੇ, ਪ੍ਰੋਡਿਊਸਰਸ ਉੱਤੇ, ਇਕਨੋਮਿਕਸ ਲੈਵਲ ਉੱਤੇ ਗੱਲਬਾਤ ਕਰਨ, ਔਰ ਜਿਹੜਾ ਇਨੀਸ਼ੀਏਟਿਵ ਚਾਹੇ ਛੋਟੀ ਜਗ੍ਹਾ ਤੋਂ ਹੋਇਆ, 200 ਬੰਦੇ ਕਿਉਂ ਨਾ ਵੇਖਦਾ ਹੋਵੇ, ਆਈ ਹੋਪ ਕਿ ਬੜੇ ਚੈਨਲਸ ਜਿਹੜੇ ਆ ਉਹ ਵੀ ਇਹਨਾਂ ਚੀਜ਼ਾਂ 'ਤੇ ਜ਼ਰੂਰ ਗੱਲ ਕਰਨ। ਮੂਵਿੰਗ ਔਨ ਦਾ ਨੈਕਸਟ, ਜੋੜੀ ਇਜ਼ ਵੈਰੀ ਇੰਟਰਸਟਿੰਗ ਰਾਈਟ ਨਾਓ, ਹੁਣੇ ਤੁਸੀਂ ਦੱਸਿਆ ਕਿ ਦੁਗਾਣਾ ਜੋੜੀ ਆ ਔਰ ਉਹਦੇ ਬਾਰੇ ਤੁਸੀਂ ਗੱਲਬਾਤ ਕਰ ਰਹੇ ਹੋ, ਹੂ ਅਪਰੋਚ ਹੂ? ਆਈ ਥਿੰਕ ਇਹਦਾ ਸਿਹਰਾ ਜਿਹੜਾ ਮੈਂ 2 ਬੰਦਿਆਂ ਨੂੰ ਦਊਂਗਾ, ਅੰਬਰ ਅਤੇ ਗਿਆਨੀ ਭਾਜੀ ਗੁਰਪ੍ਰੀਤ ਸਿੰਘ। ਹਾਂਜੀ, ਓਕੇ, ਇਹਨਾਂ ਦੀ ਹੀ ਐਫਰਟ ਆ। ਇਟਸ ਵੈਰੀ ਨਾਈਸ ਕਿ ਰਾਈਟਰਸ ਦਾ ਇੰਨਾ ਐਫਰਟ ਆ ਕਿ ਇੰਨੀ ਬੜੀ ਫਿਲਮ ਜਿਹੜੀ ਆ, ਐਂਡ ਆਈ ਐਮ ਵੈਰੀ ਹੋਪਿੰਗ, ਔਰ ਜਿਹੜੇ ਪੰਜਾਬੀ ਸਿਨੇਮਾ ਨੂੰ ਪਿਆਰ ਕਰਦੇ ਕਿ ਜਿਹੜੀ ਜੋੜੀ ਆ ਉਹ ਸ਼ਾਇਦ ਕੁਝ ਕਮਾਲ ਕਰ ਦੇ। ਅੰਬਰ ਨੇ 8 ਸਾਲ ਪਹਿਲਾਂ ਦੀ ਸੋਚੀ ਪਈ ਆ, ਔਰ ਸਾਡੀ ਹਾਲ ਫਿਲਮ ਬਣਨ ਤੋਂ ਪਹਿਲਾਂ ਜਿਹੜੀ ਫਿਲਮ ਸ਼ੁਰੂ ਹੁੰਦੀ ਆ ਉਸ ਤੋਂ ਪਹਿਲਾਂ ਇੱਕ ਵਾਰੀ ਜੋੜੀ ਦਾ ਜ਼ਿਕਰ ਜ਼ਰੂਰ ਹੁੰਦਾ ਸੀ। ਹਾਂ, ਔਰ ਇਹ ਮੈਨੂੰ ਲੱਗਦਾ ਅੰਬਰ ਨੇ ਸਿਰਫ 8 ਸਾਲ ਪਹਿਲਾਂ ਸੋਚੀ ਨਹੀਂ ਆ, ਉਹ ਪਿਛਲੇ 8 ਸਾਲ ਤੋਂ ਫਿਲਮ ਕੰਮ ਕਰ ਰਹੇ ਆ, ਮਤਲਬ ਉਹਨੇ ਇੰਨਾ ਜ਼ਿਆਦਾ ਇੱਥੇ ਕੰਮ ਕੀਤਾ ਵਾ ਵੀ ਸਾਡੇ ਨਾਲ ਡਿਸਕਸ ਕਰ ਕਰ ਕਰ, ਮਤਲਬ ਸਾਡੇ ਨਾਲ ਜਦੋਂ ਉਹ ਜੋ ਸੋਚਦਾ ਡਿਸਕਸ ਕਰਦਾ ਵਾ, ਸਾਨੂੰ ਇੰਨਾ ਪੱਕਾ ਹੋ ਗਿਆ ਕਿ ਮੈਨੂੰ ਲੱਗਦਾ ਮੈਂ ਕਿਸੇ ਨੂੰ ਨਰੇਸ਼ਨ ਦੇਣੀ ਹੋਵੇ ਤਾਂ ਮੈਂ ਕਿਸੇ ਆਮ ਰਾਈਟਰ ਨਾਲੋਂ ਬੈਟਰ ਇਸ ਦੀ ਨਰੇਸ਼ਨ ਦੇ ਸਕਦਾ। ਇੰਨਾ ਜ਼ਿਆਦਾ ਉਹਨੇ ਇੰਨੀ ਵਾਰੀ ਨਰੇਸ਼ਨ ਉਹਨੇ ਕੀਤੀ ਆ, ਇੰਨੀ ਵਾਰੀ, ਚਾਹੇ ਉਹ ਗਿਆਨੀ ਭਾਜੀ ਆ, ਅੰਬਰ ਆ, ਅਮਰਿੰਦਰ ਦੀ ਐਫਰਟ ਸੀਗੀ ਇੱਕ ਕਿ ਹਾਂ ਇੱਕ ਯਾਰ ਆਹ ਚੀਜ਼ ਹੋਣੀ ਚਾਹੀਦੀ ਆ, ਦਿਲਜੀਤ ਤੇ ਮਾਈਂਡ ਬਲੋਇੰਗ। That's very nice. ਮਤਲਬ ਜੇ ਤੁਸੀਂ ਬਾਈ ਚਾਂਸ ਕਿਤੇ ਸੈੱਟ ਤੇ ਆਓਗੇ ਤੇ ਦੇਖਿਆ ਕਿਤੇ ਸ਼ੂਟ ਤੇ, ਤੁਸੀਂ ਕਿਸੇ ਨੂੰ ਆਉਣ ਦਿੰਦੇ ਹੋ? ਬਿਲਕੁਲ, ਤੁਸੀਂ ਲੋਕ ਤਸਵੀਰਾਂ ਤੱਕ ਨਹੀਂ ਪਾਉਂਦੇ ਬਾਕੀਆਂ ਵਾਂਗ, ਤੁਸੀਂ ਆਉਣ ਕਿਤੇ ਦੇਣਾ? ਬਿਲਕੁਲ ਆਉਂਦੇ ਨੇ, ਔਰ ਡੈਡੀਕੇਸ਼ਨ ਵੇਖਣ, ਮਤਲਬ ਸਮ ਟਾਈਮ ਲੋਕਾਂ ਨੂੰ ਲੱਗਦਾ ਹੁੰਦਾ ਕਿ ਲੋਕਾਂ ਦੇ ਤੁੱਕੇ ਲੱਗੇ ਆ, ਨਹੀਂ ਚਾਂਸ ਲੱਗੇ ਆ, ਕਿਸੇ ਤਾਂ ਤੁੱਕਣ ਲੱਗਦਾ। ਤੁਸੀਂ ਆ ਕੇ ਦਿਲਜੀਤ ਨੂੰ ਪਰਫੋਰਮ ਕਰਦਾ ਜਾਂ ਫਿਲਮ 'ਚ ਇਨ ਹੋਇਆ ਦੇਖਿਓ, ਤੁਹਾਨੂੰ ਲੱਗੂਗਾ ਕਿ ਯਾਰ ਨਹੀਂ, ਹੀ ਡਿਜ਼ਰਵ, ਉਹ ਜੇ ਪੰਜਾਬ ਦੇ ਉੱਪਰਲੇ ਜਿਹੜੀ ਲਾਈਨ ਹੈਗੀ ਆ ਉਹਦੇ ਵਿੱਚ ਆ, ਜਾਂ ਬਾਲੀਵੁੱਡ 'ਚ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਕਰਕੇ ਬੈਠੇ ਆ, ਪਿੱਛੇ ਰੀਜ਼ਨ ਆ, ਕੋਈ ਤੁੱਕੇ ਨਹੀਂ ਲੱਗਦੇ। ਤੁੱਕੇ ਲੱਗਣ ਵਾਲੇ 6 ਮਹੀਨੇ ਵਾਲੇ ਹੁੰਦੇ ਆ, ਸਾਲ ਵਾਲੇ ਹੁੰਦੇ, 2 ਸਾਲਾਂ ਵਾਸਤੇ ਹੁੰਦੇ ਇੰਸਟੈਂਟ ਮੈਗੀ। ਹੁਣ ਜਿੰਨੇ ਬੰਦੇ ਵੀ ਇਹਦੇ ਨਾਲ ਜੁੜੇ, ਮੈਂ ਸਪੈਸ਼ਲੀ ਜ਼ਿਕਰ ਕਰੂੰਗਾ ਕਿ ਮਤਲਬ ਇਸ ਫਿਲਮ ਦੇ ਵਿੱਚ ਇੱਕ ਦਿਲਜੀਤ ਭਾਜੀ ਹੋਰ ਵੀ ਆ, ਓਕੇ, ਜਿਹਨਾਂ ਦਾ ਪ੍ਰੋਡਕਸ਼ਨ ਹਾਊਸ ਆ ਦਲਮੋਰਾ, ਤਿੰਨ ਸਾਹਿਬ ਨੇ ਉੱਥੋਂ ਕੈਨੇਡਾ ਤੋਂ, ਉਹ ਵੀ ਇੰਨਾ ਯਕੀਨ ਕਰਕੇ ਇਨ ਹੋ ਕੇ ਆਏ ਆ
ਕਿ ਯਾਰ ਅੰਬਰ ਰਿਦਮ ਬੋਇਸ ਦਾ ਅੰਬਰ ਅਮਰਿੰਦਰ ਆ ਦਿਲਜੀਤ ਆ ਹੈ ਨਾ ਗੁਡਵਿਲ ਹਾਂ ਕਿ ਯਾਰ ਇਹ ਜੇ ਕੁਛ ਹੋਊਗਾ ਔਰ ਉਹਨਾਂ ਨੇ ਬਿਲਕੁਲ ਕਲੀਅਰ ਜੀ ਗੱਲ ਕੀਤੀ ਕਿ ਯਾਰ ਇਕਨੋਮਿਕਸ ਦਾ ਮਸਲਾ ਨਹੀਂ ਹੈ ਕੋਈ ਹੈ ਨਾ ਇਕੱਠੇ ਹੋ ਗਏ ਇੱਕ ਠੀਕ ਫਿਲਮ ਕਰਦੇ ਹਾਂ ਔਰ ਸੀਰੀਅਸਲੀ ਮੈਂ ਫਿਰ ਅਗੇਨ ਜਿਹੜੀ ਉਹ ਗੱਲ ਉਹ ਕਰਦਾ ਕਿ ਅੰਬਰ ਇਸ ਫਿਲਮ ਵਾਸਤੇ ਵਾਕਈ ਮਰ ਰਿਹਾ ਮੈਂ ਉਹਨੂੰ ਰੋਜ਼ ਮਰਦਾ ਵੇਖਦਾ ਉਹਨੂੰ ਇਕਨੋਮਿਕਸ ਲਈ ਫਿਲਮ ਨਹੀਂ ਆ ਮੈਨੂੰ ਪਤਾ ਨਹੀਂ ਫਿਲਮ ਨੇ ਕੀ ਕਰਨਾ ਐਟਲੀਸਟ ਫਿਲਮ ਫਿਲਮ ਹੋਊਗੀ ਫਿਲਮ ਬਣਨੀ ਚਾਹੀਦੀ ਆ ਹੈ ਨਾ ਦਿਲਜੀਤ ਹੋਣਾ ਬਾਰੇ ਗੱਲ ਕਰਦਾ ਦੁਸਾਂਝ ਹੋਣਾ ਬਾਰੇ ਜਿਹੜੀ ਡੈਡੀਕੇਸ਼ਨ ਨਾਲ ਆਣ ਕੇ ਸੈੱਟ 'ਤੇ ਰਹਿੰਦੇ ਆ ਮਤਲਬ ਈਵਨ ਜਿਹੜੇ ਕੋ ਆਰਟਿਸਟ ਨੇ ਉਹਨਾਂ ਦੇ ਡਾਇਲੋਗ ਵੀ ਦੱਸੀ ਜਾਂਦੇ ਕਿ ਆਹ ਬੋਲੋ ਬੋਲੋ ਆਹ ਬੋਲੋ ਆਹ ਰਹਿ ਗਿਆ ਤੁਹਾਡਾ ਆਹ ਬੋਲੋ ਆਹ ਬੋਲੋ ਆਹ ਬੋਲੋ ਜਿੱਦਾਂ ਦੀ ਇਮੇਜ ਮੈਂ ਸੋਚਦਾ ਸੀ ਜਾਂ ਲੋਕਾਂ ਦੇ ਵਿੱਚ ਹੈਗੀ ਆ ਕਿ ਦਿਲਜੀਤ ਇੱਕ ਥੋੜ੍ਹਾ ਆਪਣੇ ਆਪ 'ਚ ਰਹਿਣ ਵਾਲਾ ਇਨਸਾਨ ਹੀ ਇਜ਼ ਟੋਟਲੀ ਡਿਫਰੈਂਟ ਹੀ ਇਜ਼ ਟੋਟਲੀ ਡਿਫਰੈਂਟ ਆਈ ਹੋਪ ਇਸ ਫਿਲਮ ਦੇ ਨਾਲ ਉਹਨਾਂ ਨੂੰ ਇੱਕ ਵਾਰ ਫਿਰ ਆਈ ਥਿੰਕ ਪੰਜਾਬ 1984 ਤੋਂ ਬਾਅਦ ਉਹਨਾਂ ਨੇ ਬਹੁਤ ਸਿਮਿਲਰ ਕੈਰੈਕਟਰਸ ਕੀਤੇ ਆ ਉਹਨਾਂ ਨੂੰ ਹਮੇਸ਼ਾ ਅਸੀਂ ਕਾਮੇਡੀ ਜੋਨਰ 'ਚ ਹੀ ਦੇਖਦੇ ਆਏ ਹਾਂ ਆਈ ਹੋਪ ਇਸ ਫਿਲਮ ਦੇ ਨਾਲ ਐਜ਼ ਐਨ ਐਕਟਰ ਵੀ ਉਹਨਾਂ ਨੂੰ ਬਹੁਤ ਕੁਛ ਡਿਫਰੈਂਟ ਕਰਨ ਨੂੰ ਮਿਲੇਗਾ ਜਾਂ ਮਿਲ ਰਿਹਾ ਹੋਵੇਗਾ ਜਿਵੇਂ ਤੁਸੀਂ ਦੱਸ ਰਹੇ ਹੋ ਯੈਸ ਹੀ ਇਜ਼ ਅ ਗੁੱਡ ਐਕਟਰ ਮਤਲਬ ਸਾਡੇ ਸ਼ੂਟ ਦੇ ਵਿੱਚ ਅਸੀਂ ਦੋ ਤਿੰਨ ਦਿਨ ਚੀਜ਼ਾਂ ਰਿਪੀਟ ਕੀਤੀਆਂ ਰੀਸ਼ੂਟ ਕੀਤਾ ਠੀਕ ਹੈ ਉਹਦਾ ਰੀਜ਼ਨ ਪਤਾ ਕੀ ਸੀ ਕਿ ਦਿਲਜੀਤ ਦੇ ਲੈਵਲ ਦਾ ਨੈਕਸਟ ਕਰੈਕਟਰ ਮੈਚ ਨਹੀਂ ਕਰ ਰਿਹਾ ਕੋਈ ਰਾਤ ਨੂੰ ਅੰਬਰ ਆ ਕਹਿਣਾ ਭਾਅ ਜੀ ਗੱਲ ਨਹੀਂ ਬਣੀ ਉੱਥੇ ਨਹੀਂ ਗੱਲ ਬਣਦੀ ਕਰੈਕਟਰ ਚੇਂਜ ਕਰ ਦਈਏ ਚਲ ਕੋਈ ਨਹੀਂ ਕਰ ਦਿਓ ਨੈਕਸਟ ਡੇ ਫਿਰ ਸ਼ੂਟ ਕਰਨਾ ਉਹ ਇਸ ਕਰਕੇ ਨਹੀਂ ਹੈ ਕਿਸੇ ਨੇ ਕਿਸੇ ਨੂੰ ਕੁਛ ਦਿਖਾਉਣਾ ਸੈਲਫ ਸੈਟੀਸਫੈਕਸ਼ਨ ਨਹੀਂ ਆਪਣਾ ਰਾਂਝਾ ਰਾਜੀ ਕਰਨਾ ਸਭ ਤੋਂ ਪਹਿਲੀ ਗੱਲ ਤਾਂ ਹੈ ਨਾ ਹੁਣ ਉੱਥੇ ਅੰਬਰ ਬੈਠਾ ਉਹਦਾ ਰਾਂਝਾ ਨਹੀਂ ਰਾਜੀ ਹੁੰਦਾ ਨਾ ਉਹ ਰਾਤੀ ਗੱਲ ਕਰਨੀ ਭਾਅ ਜੀ ਨਹੀਂ ਗੱਲ ਬਣੀ ਨਾ ਨਹੀਂ ਗੱਲ ਬਣਦੀ ਸਵੇਰੇ ਫਿਰ ਸ਼ੂਟ ਕਰੀਏ ਐਂਡ ਦਿਲਜੀਤ ਸੈਡ ਯੈਸ ਫੋਰ ਅਗੇਨ ਯੈਸ ਦੈਟਸ ਵੈਰੀ ਨਾਈਸ ਫਿਲਮਾਂ ਮਰ ਕੇ ਹੀ ਬਣਦੀਆਂ ਇਫੈਕਟ ਹੈ ਚਲੋ ਇਸ ਫੈਕਟ ਦੇ ਨਾਲ ਇੱਕ ਹੋਰ ਫੈਕਟ ਆ ਆਈ ਹਰਡ ਕਿ ਜਿਹੜਾ ਇੱਕ ਰੇਡੀਓ ਇੰਟਰਵਿਊ ਦੀ ਮੈਂ ਗੱਲ ਕੀਤੀ ਸੀ ਚੱਲ ਮੇਰਾ ਪੁੱਤ 2 ਦੇ ਬਾਰੇ ਜ਼ਿਕਰ ਸੀਗਾ ਵਾਟ ਯੂ ਥਿੰਕ ਚੱਲ ਮੇਰਾ ਪੁੱਤ 2 ਆਊਗੀ ਨਹੀਂ ਆਊਗੀ ਜਾਂ ਫਿਰ ਪਾਕਿਸਤਾਨੀਆਂ ਨਾਲ ਆਊਗੀ ਕਿ ਨਹੀਂ ਆਊਗੀ ਉਹ ਲੋਕ ਇੱਥੇ ਇਜ਼ ਐਨੀਥਿੰਗ ਕੋਈ ਵੀ ਉਹਦੇ ਬਾਰੇ ਕੋਈ ਗੱਲ ਕੋਈ ਚਰਚਾ ਤੁਹਾਡੇ ਮਨ 'ਚ ਯੈਸ ਬਿਲਕੁਲ ਆਊਗੀ ਚੱਲ ਮੇਰਾ ਪੁੱਤ 2 ਯੈਸ ਅਗੇਨ ਆਪਾਂ ਪਹਿਲਾਂ ਹੀ ਗੱਲ ਕੀਤੀ ਆ ਉਹ ਸਿਰਫ ਇਸ ਕਰਕੇ ਨਹੀਂ ਹੁੰਦਾ ਕਿ ਇਕਨੋਮਿਕਸ ਹੀ ਵੇਖੀ ਜਾਵੇ ਕਈ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਦੀਆਂ ਹੁੰਦੀਆਂ ਕਈ ਚੀਜ਼ਾਂ ਤੁਹਾਡੀ ਰਿਸਪੋਂਸੀਬਿਲਟੀ ਆ ਕਈ ਚੀਜ਼ਾਂ ਤੁਹਾਨੂੰ ਲੱਗਦਾ ਹੁੰਦਾ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਉਹ ਇਸ ਕਰਕੇ ਆ ਔਰ ਮੈਂ ਇੱਕ ਗੱਲ ਹੁਣ ਹੋਰ ਵੀ ਕਹਿ ਦਿੰਦਾ ਕਿ ਚੱਲ ਮੇਰਾ ਪੁੱਤ 2 ਵੀ ਆ ਰਹੀ ਹੈ ਪਲੱਸ ਜਿਹੜੀ ਸਾਡੀ ਇੱਕ ਪੈਕ ਡੇਟ ਆ ਜੁਲਾਈ ਲਾਸਟ ਓਕੇ ਉੱਥੇ ਇੱਕ 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 ਬਿਗ ਸਰਪ੍ਰਾਈਜ਼ ਵੀ ਆ ਰਿਹਾ ਉੱਥੇ ਅੱਛਾ ਚੱਲ ਮੇਰੇ ਕੋਲ 2 ਨਹੀਂ ਆ ਨਹੀਂ ਨਹੀਂ ਉੱਥੇ ਇੱਕ ਹੋਰ ਉੱਥੇ ਕੁਝ ਹੋਰ ਆ ਰਿਹਾ ਯੈਸ ਔਰ ਜੋੜੀ ਵੀ ਆਈ ਗਈ ਸਰ ਦਿਲਜੀਤ ਦੀ ਬਹੁਤ ਬੈਸਟ ਡੇਟਸ ਜਿਹੜੀਆਂ ਹੁੰਦੀਆਂ 26 ਜੂਨ ਓਕੇ ਦਿਲਜੀਤ ਅੱਛਾ ਉਦੋਂ ਦਿਲਜੀਤ ਨਾਲ ਤੁਸੀਂ ਆ ਰਹੇ ਹੋ ਬਸ ਜੋੜੀ ਐਂਡ ਦੈਨ ਤੁਸੀਂ ਇੱਕ ਸਰਪ੍ਰਾਈਜ਼ ਲੈ ਕੇ ਆਲਮੋਸਟ 1 ਮਹੀਨਾ ਬਾਅਦ ਇੱਕ ਸਰਪ੍ਰਾਈਜ਼ ਹੈ ਅੱਛਾ ਚੱਲ ਮੇਰੇ ਕੋਲ 2 ਕਦੋਂ ਹੋਗੇ ਜੇ ਤੁਸੀਂ ਦੱਸ ਸਕਦੇ ਹੋ ਤਾਂ ਇਹ ਨਹੀਂ ਮੈਂ ਦੱਸ ਸਕਦਾ ਮੈਂ ਕਿੰਨਾ ਕੁਝ ਦੱਸ ਦੇ ਮੈਂ ਇਹ ਵੀ ਦੱਸ ਦੂੰ ਬਟ ਚੱਲ ਮੇਰੇ ਕੋਲ 2 ਇਜ਼ ਕਨਫਰਮ ਨਾ 100% ਵਿਦ ਨੈਕਸਟ ਈਅਰ 2020 ਦੇ ਵਿੱਚ ਇੱਕ ਕਾਫੀ ਬੜਾ ਸਰਪ੍ਰਾਈਜ਼ ਵੀ ਹੈ ਜੋ ਰਿਦਮ ਬੋਇਸ ਦੇ ਰਿਹਾ ਯੈਸ ਉਸ ਤੋਂ ਬਾਅਦ ਐਲਬਮ ਆ ਰਹੀ ਹੈ ਅਮਰਿੰਦਰ ਗਿੱਲ ਦੇ ਰਿਦਮ ਬੋਇਸ ਵੱਲੋਂ ਐਂਡ ਪਾਰਟ ਆਫ ਦੈਟ ਯੂ ਆਰ ਸੇਇੰਗ 2 ਫਿਲਮਾਂ ਹੋਰ ਹੋਣਗੀਆਂ 2 ਫਿਲਮਾਂ ਹੋਰ ਹੋਣਗੀਆਂ ਹਾਂਜੀ ਮੈਨੂੰ ਆ ਰਹੀਆਂ ਕਾਫੀ ਆਵਾਜ਼ਾਂ ਦੰਦਰ ਪੈਂਦੀਆਂ ਲੋਕਾਂ ਦੀਆਂ ਕੰਮ ਕਿੱਦਾਂ ਕਰਦੇ ਨੇ ਇਹ ਲੋਕ ਬਟ ਆਈ ਹੋਪ ਕਿ ਜਿੰਨੀ ਵੀ ਤੁਸੀਂ ਅੱਜ ਗੱਲਬਾਤ ਕੀਤੀ ਹੈ ਚਾਹੇ ਉਹ ਚੱਲ ਮੇਰਾ ਪੁੱਤ ਤੋਂ ਆਪਾਂ ਸਟਾਰਟ ਕੀਤੀ ਸੀਗੀ ਔਰ ਫਿਰ ਉਸ ਤੋਂ ਬਾਅਦ ਪ੍ਰੋਡਕਸ਼ਨ ਦੀ ਗੱਲ ਕੀਤੀ ਪ੍ਰੋਡਿਊਸਰ ਦੀ ਗੱਲ ਕੀਤੀ ਕਾਸਟਿੰਗ ਕਾਊਚ ਦੀ ਆਪਾਂ ਗੱਲ ਕੀਤੀ ਆ ਆਈ ਹੋਪ ਕਿ ਇਹ ਇਨੀਸ਼ੀਏਟਿਵ ਜਿਹੜਾ ਕਿਤੇ ਨਾ ਕਿਤੇ ਬੈਸਟ ਆਊਟਪੁੱਟ ਲੈ ਕੇ ਆਏ ਤੁਹਾਡਾ ਸੀਰੀਅਸਲੀ ਬਹੁਤ ਥੈਂਕ ਯੂ ਕਿ ਤੁਸੀਂ ਅੱਜ ਕਾਫੀ ਲੰਬਾ ਟਾਈਮ ਜਿਹੜਾ ਤੁਸੀਂ ਦਿੱਤਾ ਆ ਕਿਉਂਕਿ ਮੈਨੂੰ ਹਮੇਸ਼ਾ ਗੱਲ ਸੁਣਨ ਨੂੰ ਮਿਲਦੀ ਆ ਕਿ ਯਾਰ ਨੋਨ ਬ੍ਰਾਂਡ
ਮੈਨੂੰ ਫੋਨ ਨਹੀਂ ਚੱਕਦੇ ਲੋਕ ਮੇਰਾ ਮੈਂ ਪਹਿਲਾਂ ਵੀ ਇਹ ਗੱਲ ਬੜੀ ਕਰਕੇ ਸੀ ਕਿ ਪੀਪਲ ਆਰ ਨੋਟ ਇੰਟਰਸਟਿਡ ਉਹ ਕਹਿੰਦੇ ਕਿ ਇੰਨੀ ਗੱਲਾਂ ਨਹੀਂ ਕਰਨੀਆਂ ਕੋਈ ਗੇਮ ਗੂਮ ਹੈ 10-15 ਮਿੰਟ ਦੀ ਗੱਲ ਹੈ ਤਾਂ ਕਰ ਦਿਉ ਬਟ ਥੈਂਕ ਯੂ ਸੋ ਮਚ ਤੁਸੀਂ ਇੱਥੇ ਆਏ ਇੰਨਾ ਐਫਰਟ ਕੀਤਾ ਐਂਡ ਆਈ ਆਲ ਦ ਬੈਸਟ ਫੋਰ ਜੋੜੀ ਔਰ ਫੋਰ ਵਟ ਐਵਰ ਯੂ ਪੀਪਲ ਆਰ ਡੂਇੰਗ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਪ੍ਰਿਤਪਾਲ ਕਹਿ ਦਿਓ ਕਿਉਂਕਿ ਜਦੋਂ ਮੈਂ ਨਾ ਜਦੋਂ ਪਹਿਲੀ ਵਾਰੀ ਥੈਂਕ ਯੂ ਕਹਿਣਾ ਫਿਰ ਮੈਂ ਕੁਛ ਕਹਿਣ ਲੱਗਾ ਫਿਰ ਮੈਨੂੰ ਨਾਲ ਫਿਰ ਭੁੱਲਿਆ ਫਿਰ ਮੈਂ ਥੈਂਕ ਯੂ ਫਿਰ ਮੈਂ ਨਾਲ ਸੋਚਿਆ ਪਰ ਮੇਰੇ ਫੇਸ ਤੋਂ ਲੱਗ ਗਿਆ ਕਿ ਮੈਨੂੰ ਲੱਗ ਗਿਆ ਸੀਗਾ ਪਤਾ ਥੈਂਕ ਯੂ ਪ੍ਰਿਤਪਾਲ ਹੁੰਦਾ ਰਹਿੰਦਾ ਤਾਂ ਮੈਂ ਸ਼ੋਅ ਦਾ ਨਾਮ ਹੀ ਪ੍ਰਿਤਪਾਲ ਰੱਖਤਾ ਕਿ ਹੋਰ ਕੁਛ ਯਾਦ ਨਹੀਂ ਪ੍ਰਿਤਪਾਲ ਨਹੀਂ ਨਹੀਂ ਅਮੀਰਨ ਵਰਲਡ ਦਾ ਚੈਨਲ ਦਾ ਨਾਮ ਆ ਮੈਂ ਪ੍ਰਿਤਪਾਲ ਆ ਦੇਖੋ ਸ਼ਿਟ ਯਾਰ ਸਾਹਮਣੇ ਤੇ ਲਿਖਿਆ ਪਿਆ ਮੈਂ ਐਵੇਂ ਭੁੱਲ ਜਾਂਦਾ ਹਾਂ ਇੱਧਰ ਦੇਖ ਸਕਦਾ ਸੀ ਮੈਂ ਪ੍ਰਿਤਪਾਲ ਲਿਖਤਾ ਆ ਸੌਰੀ ਲੋਕਾਂ ਨੂੰ ਯਾਦ ਨਹੀਂ ਰਹਿੰਦਾ ਸੌਰੀ ਮੈਨੂੰ Anyways, thank you so much and I hope ki filma de bare filma de hor departments de bare chahe rhythm boys ho ya fir hor jinna industry ho oh shayad support kar and I hope ki meri gal kehne mein koi buri na lage mujhe lagta main genuinely kya jo mainu feel hoya anyways last of all thank you so much okay. and sat shri akal and all the best thank you